ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਸਿਆਸੀ ਮਾਤ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਗੱਲਬਾਤ ਨਵੀਂ ਸਰਕਾਰ ਨਵਾਂ ਰੰਗ ਢੰਗ ਤੇ ਨਵੇਂ ਫੈਸਲੇ ਜਦੋਂ ਮੁੱਖ ਮੰਤਰੀ ਬਣ ਕੇ ਸਿੱਧੂ ਸਾਧ ਤੇ ਉਪ ਮੁੱਖ ਮੰਤਰੀ ਨਾਲ ਉਹਨਾਂ ਦੇ ਸੁਖਿੰਦਰ ਰੰਧਾਵਾ ਹੁਰਾਣੇ ਚਾਰਟਡ ਪਲਾਨ ਕੀਤਾ ਤੇ ਦਿੱਲੀ ਵੱਲੋਂ ਡਾਰੀ ਮਾਰੀ ਤਾਂ ਸਿਆਸਤ ਜਿਹੜੀ ਹੈ ਹੋਰ ਭੱਗ ਗਈ ਨਾਲੋ ਨਾਲ ਤਸਵੀਰ ਇੱਕ ਹੋਰ ਆ ਗਈ ਅੰਮ੍ਰਿਤਸਰ ਦਰਬਾਰ ਸਾਮਾਥਾ ਦੇਖਣ ਗਏ ਚਰਨਜੀਤ ਸਿੰਘ ਚੰਨੀ ਹੋਰੀ ਜਾਂ ਉਹਨਾਂ ਦੇ ਨਾਲ ਸਿੱਧੂ ਸਾਹਿਬ ਜਾਂ ਬਾਕੀ ਸਾਰੇ ਜਿੰਨੇ ਵੀ ਨਵੇਂ ਨਿਯੁਕਤੀਆਂ ਹੋਈਆਂ ਨੇ ਉਹਨਾਂ ਨੇ ਬਾਟੀਆਂ ਚਾਹ ਪੀਤੀ ਤਸਵੀਰ ਉਹ ਵੀ ਨਾਲ ਜੁੜ ਗਈ ਕਿ ਦੇਖੋ ਹੁਣ ਤੁਸੀਂ ਮੁੱਖ ਮੰਤਰੀ ਕਿਨੂੰ ਸਹੀ ਕਿਨੂੰ ਠਹਿਰਾਓਗੇ ਤੇ ਗਲਤ ਕਿਨੂੰ ਕਹੋਗੇ ਚਾਰਟਡ ਪਲੇਨ ਤੋਂ ਚਾਹ ਦੇ ਕੱਪ ਤੱਕ ਆ ਗਏ ਸਾਰਾ ਕੁਝ ਇਸ ਸਭ ਦੇ ਵਿੱਚ ਨਵੀਆਂ ਨਿਯੁਕਤੀਆਂ ਆਪੋ ਆਪਣੇ ਜਿਹੜੇ ਨਜ਼ਦੀਕੀ ਨੇ ਖਾਸਮ ਖਾਸ ਨੇ ਉਹਨਾਂ ਦੀਆਂ ਨਿਯੁਕਤੀਆਂ ਹੋ ਰਹੀਆਂ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਦਿਨ-ਪ੍ਰਤੀ ਦਿਨ ਕਹਿ ਲੋ ਕਿ ਘੰਟਿਆਂ ਬੱਧੀ ਵੀ ਬਦਲ ਸਕਦਾ ਹੈ ਫੈਸਲੇ ਆ ਰਹੇ ਨੇ ਉਧਰ ਕੈਪਟਨ ਸਾਹਿਬ ਦਾ ਦੌਰ ਜਿਹੜਾ ਆ ਪੰਜਾਬ ਦੇ ਵਿੱਚੋਂ ਹੌਲੀ-ਹੌਲੀ ਉਹਨੂੰ ਪਾਸੇ ਕੀਤਾ ਜਾ ਰਿਹਾ ਜਿੱਥੇ-ਜਿੱਥੇ ਪੀਆਰਟੀਸੀ ਦੀਆਂ ਬੱਸਾਂ ਤੇ ਜਾਂ ਜਿੱਥੇ ਵੀ ਸਰਕਾਰੀ ਦੀਆਂ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਜਾਂ ਸਰਕਾਰ ਦੀ ਐਡ ਜਿੱਥੇ ਵੀ ਲੱਗੀ ਸੀ ਉੱਥੋਂ ਸਾਰੇ ਉਹ ਪੋਸਟਰ ਹਟਾ ਕੇ ਹੁਣ ਨਵੇਂ ਸੀਐਮ ਦਾ ਜਿਹੜਾ ਪੰਜਾਬ ਦੇ ਵਿੱਚ ਦੌਰ ਚੱਲ ਰਿਹਾ ਨਾਲ ਨਾਲ ਜਿਹੜੀ ਚੰਨੀ ਸਾਹਿਬ ਦਾ ਮਿਲਣਸਾਰ ਹੈ ਉਹਦੇ ਉੱਤੇ ਵੀ ਗੱਲ ਕਰਾਂਗੇ ਕਿਵੇਂ ਕਿਸੇ ਨੂੰ ਜੱਪੀਆਂ ਪਾ ਰਹੇ ਨੇ ਕਿਤੇ ਸਟੂਡੈਂਟਸ ਦੇ ਨਾਲ ਹੱਥ ਮਿਲਾ ਰਹੇ ਨੇ ਇਸਾਰਾ ਕੁਝ ਉਧਰਲੇ ਪਾਸੇ ਅਨੁਸੂਚਿਤ ਜਾਤੀ ਕਮੂਨ ਦੇ ਵੱਲੋਂ ਦਲਿਤ ਸ਼ਬਦ ਨੂੰ ਲੈ ਕੇ ਫਰਮਾਨ ਜਾਰੀ ਕੀਤਾ ਗਿਆ ਹੁਕਮ ਜਾਰੀ ਕੀਤਾ ਗਿਆ ਕਿ ਇਹਨੂੰ ਨਹੀਂ ਵਰਤਣਾ ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਨਾਲ ਨਾਲ ਗੱਲ ਕਰਾਂਗੇ ਕਿਸਾਨਾਂ ਦੀ ਰਾਜੇਵਾਲ ਸਾਹਿਬ ਹੁਣੀ ਤੇ ਅਕਾਲੀ ਦਲ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਕਾਫੀ ਹਮਲਾਵਰ ਹੋਏ ਹੋਏ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਵਿੰਦਰ ਜੀ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਕਿਦਾਂ ਦੇਖਦੇ ਹੋ ਚੰਨੀ ਸਾਹਿਬ ਦਾ ਦਿੱਲੀੋਂ ਲੈ ਕੇ ਫਿਰ ਪੰਜਾਬ ਵਾਪਸੀ ਤੇ ਸਿਆਸਤ ਜਿਹੜੀ ਹੈ ਕਾਫੀ ਮਗੀ ਹੋਈ ਹੈ ਚਾਰਟਰਡ ਪਲੇਨ ਤੋਂ ਲੈ ਕੇ ਚਾਹ ਦੇ ਕੱਪ ਤੱਕ ਦੇਖੋ ਇਹ ਇਨਾ ਹਾਲਾਤਾਂ ਦੇ ਵਿੱਚ ਇਹ ਸਾਰਾ ਚੰਨੀ ਸਾਹਿਬ ਨੂੰ ਬਣਾਇਆ ਗਿਆ ਚੀਫ ਮਿਨਿਸਟਰ ਜਿੱਥੇ ਸਮਾਂ ਨਹੀਂ ਹੈਗਾ ਹੁਣੇ ਇੱਕ ਬੜੀ ਟ੍ਰੀਕੀ ਚੀਜ਼ ਹੈਗੀ ਹੈ ਕਿ ਇੱਕ ਪਾਸੇ মিডিਆ ਉਹਨਾਂ ਦੇ ਸਕਰੀਨ ਦੇ ਉੱਤੇ ਫਿਰਕੀ ਪੁੱਠੀ ਜਿਵੇਂ ਉਹ ਪੈਟਰੋਲ ਪੰਪ ਦੇ ਉੱਤੇ ਫਿਰਕੀ ਨਹੀਂ ਘੁੰਮਦੀ ਜੋ ਕਾਲੀ ਨਾਲ ਹੈ ਜਦੋਂ ਆਪਾਂ ਪੈਟਰੋਲ ਪਾਉਨੇ ਆ ਇਹ ਜੋ ਪੁੱਠੀ ਫਿਰਕੀ 199 98 97 ਕਰਕੇ ਫੱਟ ਦੇਣੀ 2 ਸੈਕਿੰਡ 1 ਸੈਕਿੰਡ ਦੇ ਅੰਦਰ ਹੀ ਉਹਨੂੰ ਇੱਕ ਤੇ ਲਿਆਉਂਦੇ ਆ ਉਹ ਫਿਰਕੀ ਕਮਾਉਣ ਦਾ ਮਤਲਬ ਇਹ ਆ ਕਿ ਟਾਈਮ ਇਹਦੇ ਕੋਲ ਬਹੁਤ ਥੋੜਾ ਹਰ ਦੇਣਾ ਇੰਪੋਰਟੈਂਟ ਹੈਗਾ ਇਹ ਹੈ ਹੁਣ ਉਹਦੇ ਚ ਸਾਰੀ ਸਰਕਾਰ ਵੀ ਬਣਾਉਣੀ ਆ ਫੈਸਲੇ ਵੀ ਲੈਣੇ ਆ ਸਰਕਾਰ ਚਲਾਉਣੀ ਵੀ ਹੈ ਗਾਂ ਚੋਣਾਂ ਦੀ ਵੀ ਤਿਆਰੀ ਕਰਨੀ ਆ ਤੇ ਕਾਫੀ ਇਹ ਚੁਣੌਤੀਪੂਰਵਕ ਹੈਗਾ ਕੰਮ ਔਰ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਇਹ ਫੈਸਲਾ ਹਿਸਟੋਰਿਕ ਹੈਗਾ ਕਦੋਂ ਦੁਬਾਰਾ ਦਲਿਤ ਚੀ ਮਿਨਿਸਟਰ ਬਣੂ ਨਹੀਂ ਬਣੂ ਇਹੀ ਗਾਂ ਦੁਬਾਰਾ ਬਣੂ ਜਾਂ ਕੋਈ ਹੋਰ ਬਣੂ ਇਹ ਸਾਰੀਆਂ ਗੱਲਾਂ ਅਜੇ ਹਵਾ ਚ ਆ ਪਰ ਜਦੋਂ ਹੁਣ ਉਹ ਬਣਿਆ ਉਹਨਾਂ ਨੇ ਦੂਜਿਆਂ ਨਾਲੋਂ ਅਲੱਗ ਕੁਝ ਤੇ ਕੁਝ ਮੋਹਰ ਲਾਉਣੀ ਪਊ ਕੁਝ ਦਿਖਾਉਣਾ ਪਊ ਕਿ ਜਦੋਂ ਦਲਿਤ ਬਣਿਆ ਕਿਉਂਕਿ ਇੱਕ ਜਿਹੜਾ ਇਹ ਆ ਕਿ ਦਲਿਤ ਨਹੀਂ ਕੰਮ ਚਲਾ ਸਕਦੇ ਜੀ ਦਲਿਤ ਤੇ ਚੰਗੇ ਡਾਕਟਰ ਨਹੀਂ ਹੋ ਸਕਦੇ ਜੀ ਚੰਗੇ ਇੰਜੀਨੀਅਰ ਨਹੀਂ ਹੋ ਸਕਦੇ ਇਹਦੇ ਜੀ ਲੱਗ ਲਾਈਨ ਚੋਂ ਆਉਂਦੇ ਆ ਹਾਲਾਂਕਿ ਇਹਨਾਂ ਗੱਲਾਂ ਦਾ ਕਿਤੇ ਵੀ ਕੋਈ ਪ੍ਰੂਫ ਨਹੀਂ ਹੈਗਾ ਕਿ ਕੋਈ ਤਕੜੇ ਹੋਣਾ ਅਮੀਰ ਹੋਣਾ ਜਾਂ ਆਟੋਮੈਟਿਕਲੀ ਕੋਈ ਸਕਿੱਲ ਹੋਣਾ ਨਹੀਂ ਹੈ ਕੋਈ ਬਹੁਤ ਹੁਸ਼ਿਆਰ ਹੋਣਾ ਨਹੀਂ ਹੈ ਬਥੇਰੇ ਵਿਗੜੇ ਨਿਆਣੇ ਬੱਚੇ ਜਿਹੜੇ ਅਮੀਰ ਬੰਦਿਆਂ ਦੇ ਵੀ ਹੈਗੇ ਆ ਪੁੱਠੇ ਸਿੱਧੇ ਕੰਮ ਬਥੇਰੇ ਕਰਦੇ ਪਰ ਉਹਨਾਂ ਵੱਲ ਕੋਈ ਉਂਗਲੀ ਨਹੀਂ ਚੁੱਕਦਾ ਕਿਉਂਕਿ ਸਾਡੀ ਸੋਚ ਨੂੰ ਇੰਜ ਢਾਲਤਾ ਗਿਆ ਉਹਨੇ ਬਹੁਤ ਬੰਦਿਆਂ ਦੇ ਸਕੈਨਰ ਤੇ ਆ ਰਡਾਰ ਘੁੰਮ ਰਿਹਾ মিডিਆ ਦਾ ਵੀ ਘੁੰਮ ਰਿਹਾ ਨਾਉਨ ਦਲਤਾਂ ਦਾ ਵੀ ਘੁੰਮ ਰਿਹਾ ਵਿਰੋਧੀ ਪਾਰਟੀਆਂ ਦਾ ਘੁੰਮ ਰਿਹਾ ਕਿਤੇ ਮਾੜੀ ਜੀ ਗੱਲ ਲੱਭੀ ਐ ਸਈ ਉਹ ਚ ਪਾਣੀ ਪਾ ਕੇ ਲਾਲਾ ਲਾਲਾ ਕਰਤੀ ਜਾਈ ਮੈਂ ਕੋਈ ਚੰਨੀ ਦਾ ਫੈਨ ਨਹੀਂ ਐ ਮੈਂ ਸੁਖਵਿੰਦਰ ਬਾਰ ਬਾਰ ਕਹਿ ਦਿਆਂ ਕਾਂਗਰਸ ਪਾਰਟੀ ਤੋਂ ਤੇ ਸਾਨੂੰ ਕੋਈ ਬਿਲਕੁਲ ਹੀ ਉਮੀਦਾਂ ਨਹੀਂ ਜਿਨ੍ਹਾਂ ਦੇ ਉਹ ਗਾਂ ਲਾੜੇ ਬਣ ਗਏ ਆ ਚੀਫ ਮਿਨਿਸਟਰ ਬਣ ਗਏ ਆ ਸੱਚੀ ਗੱਲਾਂ ਮੈਂ ਤਾਂ ਦੱਸ ਪਰ ਇਸਨੂੰ ਕਿਵੇਂ ਇਗਨੋਰ ਕਰੋਗੇ ਕਿ ਇਸ ਡੈਮੋਕ੍ਰੇਸੀ ਦੇ ਅੰਡਰ ਅੰਦਰ ਕਿਸੇ ਵੀ ਤਰੀਕੇ ਦੇ ਨਾਲ ਇੱਕ ਪੰਜਾਬ ਦੇ ਵਿੱਚ ਜਿਹੜਾ ਕਿਸੇ ਨੇ ਕੱਲ ਤੱਕ ਸਪਨਾ ਨਹੀਂ ਸੀ ਲਿਆ 50 ਜੀ ਮੰਤਰੀ ਨਹੀਂ ਸੀ ਬਣ ਰਿਆ ਉਹ ਅੱਜ ਟੀ ਮੰਤਰੀ ਬਣਿਆ ਹੋਵੇ ਉਸ ਸਮੁਦਾਏ ਦੇ ਕਿਵੇਂ ਲੋਕ ਧੜਾ ਧੜ ਲੱਡੂ ਵੰਡ ਰਹੇ ਪੰਚਾਇਤਾਂ ਲੱਡੂ ਵੰਡ ਰੀਆਂ ਮੈਨੂੰ ਫੋਨ ਆ ਰਹੇ ਆ ਕਿ ਅਸੀਂ ਇਸ ਜ਼ਿਲ੍ਹੇ ਦੀਆਂ ਮਹਾਲੀ ਜ਼ਿਲ੍ਹੇ ਦੀਆਂ ਪੰਚਾਇਤਾਂ ਕਾਠੀਆਂ ਇਕੱਠੀਆਂ ਹੋ ਕੇ ਕੱਲ ਲੱਡੂ ਵੰਡ ਰੀਆਂ ਹੋਰ ਖਾਸ ਕਾਨੂੰਨਾਂ ਚ ਦਲੇਤੇ ਜਿਹੜੇ ਲੋਕ ਹੈਗੇ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਇੱਕ ਗਲਬਾ ਬੜਾ ਜਿਹੜਾ ਭਾਰੀ ਪਿਆ ਆ ਲੋਕ ਸਾਡੇ ਸਮਾਜ ਦੇ ਉੱਤੇ ਵੱਡੇ ਉਹ ਥੋੜੇ ਲੋਕ ਨਹੀਂ ਹੈ ਉਹ ਪਿੰਡਾਂ ਵਿੱਚ 37% ਓਵਰ ਆਲ 32% ਪੰਜਾਬ ਚ ਆ ਐਡੇ ਸਮਾਜਾਂ ਦੇ ਜਿਹੜਾ ਗਲਬਾ ਪਿਆ ਹੋਇਆ ਜਿਨ੍ਹਾਂ ਨੂੰ ਆਪਣੀ ਕਈ ਵਾਰੀ ਆਮ ਮੌਕਿਆਂ ਦੇ ਉੱਤੇ ਇੱਜ਼ਤ ਬਚਾਉਣੀ ਔਖੀ ਹੋਈ ਹੁੰਦੀ ਆ ਖਾਸ ਕਰਕੇ ਉਹਨਾਂ ਦੀਆਂ ਔਰਤਾਂ ਨੂੰ ਕਿੰਨੀ ਸਮਾਜ ਦੇ ਅੰਦਰ ਕੀ ਕੁਛ ਸਹਿਣਾ ਪੈਂਦਾ ਜਦੋਂ ਇੱਕ ਇੱਕ ਕਿਸਮ ਦਾ ਉਹ ਲੋਕ ਰਾਜੇ ਦੇ ਰੂਪ ਚ ਲੈਂਦੇ ਕਿ ਸਾਡਾ ਰਾਜਾ ਸਾਡਾ ਰਾਜ ਇੱਕ ਜਾਤੀ ਦੇ ਤੁਸੀਂ ਬੈਕਗ੍ਰਾਉਂਡ ਦੇ ਵਿੱਚ ਜਦੋਂ ਦੇਖਦੇ ਆ ਤਾਂ ਇਹ ਇੱਕ ਬਹੁਤ ਵੱਡੀ ਹਿਸਟੋਰਿਕ ਮੂਮੈਂਟ ਹੈਗੀ ਆ ਇਸੇ ਸਬੰਧ ਵਿੱਚ ਜਦੋਂ ਤੁਸੀਂ ਲਓ ਇਹ ਸਾਰੇ ਓਵਰਆਲ ਦੇ ਵਿੱਚ ਮੈਨੂੰ ਇਹ ਦੱਸੋ ਕਿ ਜੇ ਤੇ ਰਾਜਾ ਕਿਤੇ ਜਾਵੇ ਹੈਨਾ ਜੇ ਰਾਜਾ ਕਿਤੇ ਜਾਵੇ ਫਿਰ ਤੇ ਉਹ ਕੋਈ ਗੱਲ ਨਹੀਂ ਕਿਉਂਕਿ ਰਾਜਿਆਂ ਦਾ ਤੇ ਹੱਕ ਹੀ ਉਹ ਤੇ ਜਾ ਜਾਂਦੇ ਹੀ ਹੁੰਦੇ ਆ ਉਹਨਾਂ ਦਾ ਕੀ ਆ ਉਹ ਭਾਵੇਂ ਜਹਾਜ਼ ਖਰੀਦ ਵੀ ਲੈਣ ਜੇ ਮੋਦੀ 1000 ਕਰੋੜ ਦਾ ਜਹਾਜ਼ ਲੈ ਕੇ ਤੁਰਿਆ ਫਿਰੇ ਸਾਰੀ ਤੇ 10 ਲੱਖ ਦਾ ਸੂਟ ਪਾ ਲੇ ਉਹ ਤੇ ਮੋਦੀ ਆ ਜੀ ਫਿਰ ਕੀ ਆ ਉਹ ਕਿਹੜੀ ਗੱਲ ਆ ਉਹ ਕਿਤੇ ਅਡਾਨੀ ਨੇ ਲੈਤਾ ਹੋਊਗਾ ਜਾਂ ਕਿਸੇ ਪੰਚਕ ਨੇ ਲੈ ਤੇ ਜੇ ਚੰਨੀ ਹਜ਼ਾਰ ਜਹਾਜ਼ ਦਾ ਇੱਕ ਝੂਟਾ ਵੀ ਲੈ ਲੇ ਤੇ ਮੀਡੀਆ ਜਾਣੀ ਖੋਜ ਕਰ ਕਰਕੇ ਕੱਲ ਲੱਭਦਾ ਰਿਆ ਕਿ ਉਹ 12 ਸੀਟਰ ਸੀ ਕਿ ਉਹ 8 ਸੀਟਰ ਸੀ ਉਹਦਾ ਮਾਰਕੀਟ ਚ ਕਰਾਇਆ ਕਿੰਨਾ ਕਿੰਨੇ ਪ੍ਰਾਈਵੇਟ ਕਿਸਮ ਦੇ ਜਹਾਜ਼ ਆ ਉਹ ਬੇਕਰਤੂਤੀ ਉਹ ਇਹਦੇ ਨਾਲੋਂ ਤੁਸੀਂ ਇਹ ਲੱਭਦੇ ਕਿ ਕਿਹੜੇ-ਕਿਹੜੇ ਕੰਮ ਆ ਜਿਹੜਾ ਚੰਨੀ ਤੁਰੰਤ ਕਰ ਸਕਦਾ ਆਪਾਂ ਉਸ ਗੱਲ ਦਾ ਉਹਨੂੰ ਮੀਡੀਆ ਰਾਹੀਂ ਸੁਨੇਹਾ ਭੇਜੀਏ ਕਿ ਚੰਨੀ ਨੀ ਤਾਂ ਨਵਾਂ ਹੀ ਚੰਨ ਚੜਜੂ ਉਹਨੂੰ ਇਹ ਕਹਿੰਦੇ ਕਿ ਨਵੇਂ ਚੰਨ ਚੜ ਜਾਣਗੇ ਜੇ ਤੂੰ ਆਹ ਕੰਮ ਨਾ ਕੀਤੇ ਜਿਸ ਤਰ੍ਹਾਂ ਅਸੀਂ ਵੀ ਪਿਛਲੀ ਵੀਡੀਓ 'ਚ ਕੁਝ ਕੰਮ ਦੱਸੇ ਸੀ ਕੁਝ ਹੋਰ ਵੀ ਦੱਸਾਂਗੇ ਇਹ ਸਾਡਾ ਫਰਜ਼ ਬਣਦਾ ਉਹ ਹੋਏ ਕਿ ਪੋਜ਼ਿਟਿਵ ਕੰਮ ਕਰੋ ਨਾ ਕਿ ਤੁਸੀਂ ਅਜੇ ਬੰਦਾ ਕੁਰਸੀ ਤੇ ਬੈਠਾ ਵੀ ਨਹੀਂ ਤੇ ਕੁਰਸੀ ਦੀਆਂ ਲੱਤਾਂ ਨੂੰ ਪੈਜੋ ਵੀ ਇਹਨੂੰ ਹੁਣ ਥੱਲੇ ਸੁੱਟ ਕੇ ਸਾਹ ਲੈਣਾ ਇਹ ਚੰਗੀਆਂ ਗੱਲਾਂ ਨਹੀਂ ਹੈ ਨਾ ਇਹ ਸਮਾਜ ਦੇ ਹੱਕ 'ਚ ਆ ਨਾ ਇਸ ਲੋਕਤੰਤਰ ਦੇ ਹੱਕ 'ਚ ਆ ਨਾ ਇਹ ਕਿਸੇ ਕਿਸਮ ਦੀ ਮਾਨਵਵਾਦੀ ਸੋਚ ਦੇ ਆਧਾਰ ਤੇ ਇਹੋ ਜਿਹੇ ਜਿਹੜੇ ਕਮੈਂਟਰੀ ਜਿਹੜੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਦੱਸੋ ਤਾਂ ਕਿਹੜੀ ਗੱਲ ਹੈ ਜੇ ਜਹਾਜ਼ ਤੇ ਬਹਿ ਗਿਆ ਭਾਈ ਕਹਿੰਦੇ ਜੀ ਫਿਰ ਕੈਲਕੂਲੇਟ ਕਰ ਰਿਹਾ ਜੀ ਇਹਨੂੰ ਇਹਦਾ 10 ਲੱਖ ਲੱਗਾ ਹੋਊਗਾ 15 ਲੱਖ ਲੱਗਾ ਹੋਊਗਾ 20 ਲੱਖ ਲੱਗਾ ਹੋਊਗਾ ਠੀਕੇ ਤੁਸੀਂ 80 ਹਜ਼ਾਰ ਕਰੋੜ ਦਾ ਬਜਟ ਆ ਜਿੱਥੇ ਤੁਸੀਂ 1.5 ਹਜ਼ਾਰ ਕਰੋੜ ਦੀ ਬਿਜਲੀ ਸਟੇਟ ਦੇ ਵਿੱਚ ਮੁਫਤ ਦੇ ਦਿੰਨੇ ਆ ਜੇ ਜੀ मिनिस्टर ਇੱਕ ਇੱਕ ਵਾਰੀ ਹੂਟਾ ਲੈ ਆਇਆ ਇੱਕ ਪਾਸੇ ਕਹਿੰਦੇ ਛੇਤੀ ਕੰਮ ਕਰੇ ਇੱਕ ਪਾਸੇ ਕਹਿੰਦੇ ਤੁਸੀਂ ਸਾਈਕਲ ਤੇ ਜਾਵੇ ਹੁਣ ਇਹ ਇਹ ਤਾਂ ਖੋਛਿਆ ਕਿ ਉਸੇ ਤਰ੍ਹਾਂ ਹੀ ਠੂਠਾ ਫੜ ਕੇ ਤੁਰੇ ਫੇਣ ਸਾਇਗਲਾ ਟੁੱਟੇ ਤੇ ਜਾਣ ਤੇ ਤਾਂ ਇਹਨਾਂ ਨੂੰ ਸਬਰ ਹੁੰਦਾ ਕਿ ਆਹ ਦੇਖੋ ਫਿਰ ਜੇ ਉਂਝ ਜਾਣ ਲੱਗ ਗਿਆ ਇਹ ਇਹਨਾਂ ਨੇ ਕਹਿਣਾ ਦੇਖੋ ਜੀ ਇਹ ਤੇ ਡਰਾਮੇ ਕਰਦਾ ਮਤਲਬ ਕਿਸੇ ਵਸੇ ਨਹੀਂ ਜੀਣ ਦੇਣਾ ਹੁਣ ਉਹ ਚਾਹ ਪੀਤੀ ਜਿਹੜੀ ਤੁਸੀਂ ਗੱਲ ਕਹਿੰਨੇ ਆ ਲਓ ਜੀ ਇਹ ਤੇ ਡਰਾਮਾ ਇਹ ਤੇ ਵੋਟਾਂ ਦੀ ਗੱਲ ਆ ਇਹ ਤੇ ਲਓ ਜੀ ਇਹਦੇ ਵਿੱਚ ਕੋਈ ਅਸਲ ਵਿੱਚ ਇਹ ਆਮ ਆਦਮੀ ਨਹੀਂ ਹੈ ਕੱਲ ਇਹੀ ਰੌਲਾ ਜਿਆਦਾ ਪਾਇਆ ਨਾ ਇਹ ਦੇਖੋ ਜੀ ਇੱਕ ਪਾਸੇ ਆਮ ਆਦਮੀ ਕਹਿੰਦੇ ਆ ਇੱਕ ਪਾਸੇ ਜਾਜ ਤੇ ਬਹਿ ਗਏ ਭੀ ਕਿ ਆਮ ਆਦਮੀ ਤੁਹਾਡੇ ਯਾਨੀ ਮੈਂ ਕਿਹਾ ਇਸ ਤਰ੍ਹਾਂ ਤੁਸੀਂ ਕਿਉਂ ਕਰਦੇ ਆ ਅਲੱਗ ਅਲੱਗ ਸਟੈਂਡਰਡ ਕਿਉਂ ਰੱਖਦੇ ਹਰ ਆਦਮੀ ਆਮ ਆਦਮੀ ਹਰ ਆਦਮੀ ਖਾਸ ਆਦਮੀ ਹੈ ਕਿੰਨੀ ਅੱਜ ਖਾਸ ਆਦਮੀ ਹੈ ਉਹ ਆਮ ਆਦਮੀਆਂ ਦਾ ਨਮਾਇਦਾ ਮੈਂ ਨਿੱਕੀ ਗੱਲ ਦੱਸਦਾ ਅੱਜ ਤੋਂ 20-25 ਸਾਲ ਪਹਿਲਾਂ ਕਿਸੇ ਨੇ ਨੌਨ ਦਲਿਤ ਨੇ ਕਿਸੇ ਦਲਿਤ ਨੂੰ ਕਿਹਾ ਛੇਂਡ ਕੀਤੀ ਜਾਨੀ ਮਖੌਲ ਕੀਤਾ ਓਏ ਗੱਲ ਸੁਣੋ ਜਿਹੜੇ ਤੁਸੀਂ ਆਪਣੀ ਮਾਇਆਵਤੀ ਮਾਇਆਵਤੀ ਕਰਦੇ ਫਿਰਦੇ ਆ ਤੈਨੂੰ ਪਤਾ ਉਹਦੇ ਮੰਜੇ ਦੀ ਕਿੰਨੀ ਕੀਮਤ ਆ ਕਹਿੰਦਾ ਦੱਸ ਕਿੰਨੀ ਆ ਕਹਿੰਦਾ 30 ਲੱਖ ਰੁਪਈਆ 30 ਲੱਖ ਰੁਪਈਏ ਦੇ ਮੰਜੇ ਤੇ ਸੌਂਦੀ ਆ ਤੁਸੀਂ ਉਹਨੂੰ ਆਪਣੀ ਲੀਡਰ ਲੀਡਰ ਕੋ ਉਹ ਕਹਿੰਦਾ ਸ਼ੁਕਰ ਆ ਸਾਡੇ ਲੀਡਰ ਨੂੰ ਵੀ 30 ਲੱਖ ਦਾ ਮੰਜਾ ਨਸੀਬ ਹੋਇਆ ਐਸ ਹੋਇ। ਉਹ ਤੇ ਖੋਸ਼ਿਆ ਬੰਦੇ ਜਾਨੀ ਛਾਲਾ ਮਾਰਦੇ ਫਿਰਦੇ ਆ ਦਲਤ ਸਮੁਦਾਏ ਦੇ ਕਿ ਸਾਡਾ ਬੰਦਾ ਸਾਡੇ ਵਿੱਚੋਂ ਉੱਠ ਕੇ ਜਹਾਜ਼ ਤੇ ਬੈਠਾ। ਇੰਨੇ ਢੇਡ ਚ ਇੰਨੇ ਦੇ ਢੇਡ ਚ ਕੀ ਪੀੜ ਹੋ ਰਹੀ ਆ। ਮੈਂ ਇਹ ਕਹਿੰਨਾ ਕਿ ਸਮਾਜ ਨੂੰ ਆਪਣੀ ਬਿਰਤੀ ਸਖਵਿੰਦਰ ਬਦਲਨੀ ਪਊਗੀ। ਤੁਸੀਂ ਅਲੱਗ-ਅਲੱਗ ਸਟੈਂਡਰਡ ਨਹੀਂ ਰੱਖ ਸਕਦੇ। ਅਕਾਲੀ ਦਲ ਤਿੰਨ ਹੈਲੀਕਾਪਟਰ ਚਲਾਉਂਦੇ ਰੇ ਆ। ਕੱਲ ਕੋਈ ਦੱਸ ਰਿਹਾ ਸੀਗਾ ਸਪੋਕਸਮੈਨ ਇਹਨਾਂ ਦਾ ਕਾਂਗਰਸ ਦਾ। ਕਿ ਉਹਨਾਂ ਨੇ 121 ਕਰੋੜ ਰੁਪਇਆ ਖਰਚਿਆ ਕਿੰਨੇ ਕ ਮੀਡੀਆ ਨੇ ਉਹਨਾਂ ਦੇ ਉੱਤੇ ਸਵਾਲ ਉਠਾਏ ਆ ਵੀ ਤੁਸੀਂ ਇੰਨੇ ਹੈਲੀਕਾਪਟਰਾਂ ਤੇ ਖਰਚਾ ਕਿਉਂ ਕੀਤਾ ਭਈ ਰਾਜੇ ਨੇ ਕਿੰਨੀ ਵਾਰੀ ਵਰਤਿਆ ਮੇਰਾ ਇਹ ਕਹਿਣ ਦਾ ਹੈ ਕਿ ਤੁਸੀਂ ਇੱਕ ਬੰਦੇ ਦੀ ਮਦਦ ਕਰਨ ਦੀ ਜਗ੍ਹਾ ਉਹਨੂੰ ਉਤਸ਼ਾਹਤ ਕਰਨ ਦੀ ਜਗ੍ਹਾ ਤੁਸੀਂ ਉਹਨੂੰ ਹੋਰ ਅਜੇ ਵੀ ਉਸ ਕੁਰਸੀ ਤੇ ਬਿਠਾਉਂ ਨਹੀਂ ਤਾਨੂੰ ਕੱਚਦਾ ਨਹੀਂ ਉੱਥੇ ਵੀ ਉਹਨੂੰ ਜੇਹੀ ਚਾਹੁੰਦੇ ਆ ਕਿ ਇਹਦੇ ਨਾਲ ਵਤੀਰਾ ਉਹ ਕੀਤਾ ਜਾਵੇ ਜਿਹੜਾ ਇੱਕ ਪਿੰਡ ਦੇ ਆਮ ਦਲਿਤਾਂ ਨਾਲ ਕੀਤਾ ਜਾਂਦਾ ਇਹ ਬੜੀ ਸਾਡੀ ਕਮਿਨੀ ਮਾਨਸਿਕਤਾ ਹੈਗੀ ਹੈ ਇਹਦੇ ਚ ਸਾਨੂੰ ਆਪ ਸ਼ਰਮ ਆਉਣੀ ਚਾਹੀਦੀ ਆਪਣੇ ਆਪ ਤੇ ਉਹਦੇ ਚ ਜਿੰਨੀ ਛੇਤੀ ਬਾਹਰ ਆਵਾਂਗੇ ਉਨਾ ਹੀ ਸਾਡਾ ਸਮਾਜ ਵਧੀਆ ਸੋਹਣਾ ਸੁਹੇਰਦ ਮਾਨਵਵਾਦੀ ਤੇ ਰਹਿਣ ਯੋਗ ਹੋਊਗਾ ਹਾਂਜੀ ਸਕਿੰਦਰ ਬਿਲਕੁਕੁ ਮੈਂ ਮੈਂ ਚਾਹੁੰਦਾ ਸੀ ਕਿ ਅਸੀਂ ਜਿਹੜਾ ਅਨੁਸੂਚਿਤ ਜਾਤੀ ਕਮਿਸ਼ਨ ਨੇ ਕਿਹਾ ਕਿ ਦਲਿਤ ਸ਼ਬਦ ਨਹੀਂ ਆਪਾਂ ਅਨੁਸੂਚਿਤ ਜਾਤੀ ਦੇ ਤੌਰ ਦੇ ਉੱਤੇ ਵਰਤਣਾ ਤੁਸੀਂ ਆਪਣੀ ਗੱਲ ਜਾਰੀ ਰੱਖੋ ਤੇ ਇਸ ਚੀਜ਼ ਨੂੰ ਆਪਾਂ ਵਿੱਚ ਲੈ ਕੇ ਚੱਲੀਏ ਨਾਲ ਕਿਉਂਕਿ ਮੈਂ ਇੱਕ ਇਹਦੇ ਵਿੱਚ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਿਯੁਕਤੀਆਂ ਦਾ ਵੀ ਹੈ ਉਹ ਵੀ ਥੋੜਾ ਜਿਹਾ ਜ਼ਿਕਰ ਕਰਿਓ ਕਿ ਨਿਯੁਕਤੀਆਂ ਜਿਹੜੀਆਂ ਹੋ ਰਹੀਆਂ ਨੇ ਜਿਹੜੇ ਇਹਨਾਂ ਦੇ ਕਰੀਬੀ ਨੇ ਉਧਰ ਕੈਬਨਿਟ ਜਿਹੜੀ ਹੈ ਉਹ ਵੀ ਫੇਰ ਬਦਲ ਹੋਣੇ ਨੇ ਉਹਨਾਂ ਵਾਲੇ ਟਾਈਮ 'ਚ ਸੁਖਵਿੰਦਰ ਇਹ ਬੜੀ ਪੁਰਾਣੀ ਡਿਬੇਟ ਆ ਕਿ ਸ਼ੈਡਿਊਲਡ ਕਾਸ ਐਸਸੀ ਕਹਿਣਾ ਜਾਂ ਇਹਨਾਂ ਨੂੰ ਦਲਿਤ ਕਹਿਣਾ ਹਾਂ ਔਰ ਇਹ ਦੁਬਾਰਾ ਮਸਲਾ ਉੱਠਿਆ ਹੁਣ ਮਹਿਲਾ ਕਮਿਸ਼ਨ ਨੇ ਕਹਿਤਾ ਜੀ ਸਾਨੂੰ ਦਲਿਤ ਨਹੀਂ ਕਹਿਣਾ ਚਾਹੀਦਾ ਕੋਈ ਸੁਪਰੀਮ ਕੋਰਟ ਦਾ ਹਵਾਲਾ ਵੀ ਦਿੱਤਾ ਦੇਖੋ ਪਹਿਲਾਂ ਇਹ ਗੱਲ ਨੂੰ ਸਮਝੋ ਵੀ ਇਹ ਗੱਲ ਉੱਠੀ ਕਿਉਂ ਤੇ ਕਿਉਂ ਉੱਠਦੀ ਆ ਬਾਰ ਬਾਰ ਭੀਮ ਰਾਓ ਅੰਬੇਦਕਰ ਜਿਹਨੂੰ ਇਹ ਆਪਣਾ ਸਾਰੇ ਦਲਿਤ ਸਮੁਦਾਇ ਗੁਰੂ ਮੰਨਦੇ ਆ ਜਦੋਂ ਗਾਂਧੀ ਨਾਲ ਉਹਦਾ ਪੇਚਾ ਪਿਆ ਜਦੋਂ ਉਹਨੇ 1932 ਚ ਹਰੀਜਨ ਇਹਨਾਂ ਨੂੰ ਕਿਹਾ ਕਹਿੰਦਾ ਹਰੀਜਨ ਤੇ ਕਹਿਤਾ ਤੁਸੀਂ ਹਰੀ ਤੇ ਮਤਲਬ ਰੱਬ ਦੇ ਤੇ ਜਿਹੜਾ ਹਿੰਦੂ ਰੱਬ ਆ ਗੋਡ ਆ ਤੁਸੀਂ ਉਹਨਾਂ ਦੇ ਸਾਰੇ ਬੱਚੇ ਪਹਿਲਾ ਮਤਲਬ ਇੱਕ ਤੇ ਤੁਸੀਂ ਇਹਨਾਂ ਨੂੰ ਹਿੰਦੂ ਫੋਲਡ ਵਿੱਚ ਰੱਖਣਾ ਚਾਹੁੰਦੇ ਆ ਜਾਤੀਵਾਦ ਸਿਸਟਮ ਦੇ ਵਰਨਾ ਸਿਸਟਮ ਦੇ ਵਿੱਚ ਰੱਖਣਾ ਚਾਹੁੰਦੇ ਆ ਔਰ ਦੂਜਾ ਬਿਨਾ ਕੋਈ ਤਰਾਤਲ ਤੇ ਕੀਤਿਆਂ ਤੁਸੀਂ ਉਹਨਾਂ ਨੂੰ ਹਰੀਜਨ ਦਾ ਸ਼ਬਦ ਵਰਤ ਕੇ ਉਹਨਾਂ ਨੂੰ ਉੱਤੇ ਮਲਮ ਪੋਚਾ ਜਾਨੀ ਉਹਨਾਂ ਨੂੰ ਮਾਨਵ ਤੌਰ ਤੇ ਇੱਕ ਸੁਖਦਾਈ ਐਨਾਸੀਨ ਦੇ ਕੇ ਰੱਖਣਾ ਚਾਹੁੰਦੇ ਆ ਅਸਲੀ ਤੁਸੀਂ ਬਿਮਾਰੀ ਦਾ ਇਲਾਜ ਨਹੀਂ ਕਰਨਾ ਚਾਹੁੰਦੇ ਉਹਦੇ ਤੇ ਟੱਕਰ ਲਾਉਣਾ ਚਾਹੁੰਦੇ ਇਸੇ ਕਰਕੇ ਉਹਨਾਂ ਨੂੰ ਉਹ ਭੀਮਰਾਓ ਅੰਬੇਦਕਰ ਸਾਹਿਬ ਨੇ ਇਨਾ ਇਸ ਸਮਾਜ ਲਈ ਸ਼ਬਦ ਵਰਤੇ ਸੀ ਬਰੋਕਨ ਮਨਸ ਕਿ ਜਿਹੜੇ ਟੁੱਟੇ ਹੋਏ ਆ ਜਿਨ੍ਹਾਂ ਨੂੰ ਮਤਲਬ ਨਪੀੜਿਆ ਹੋਇਆ ਆ ਜਾਂ ਉਹਨਾਂ ਨੇ ਡਿਪਰਾਈਵਡ ਵਨ ਜਿਨ੍ਹਾਂ ਕੋਲ ਕੋਈ ਜਿਹੜੇ ਕਿ ਜਿਨ੍ਹਾਂ ਕੋਲ ਬਹੁਤ ਡੈਪਰੀਵੇਸ਼ਨਸ ਹੈਗੀਆਂ ਆ ਇਹ ਸ਼ਬਦ ਉਹਨਾਂ ਦੇ ਅੰਗਰੇਜ਼ੀ ਦੇ ਵਿੱਚ ਸੀ ਉਹਨਾਂ ਨੂੰ ਦੋਵਾਂ ਨੂੰ ਜੋੜ ਕੇ ਦੇਖੋ ਤੇ ਇਹਦਾ ਮਾਣੇ ਨਿਕਲਦਾ ਦਲ ਅਪਰੈਸਡ ਵਨ ਜਿਨ੍ਹਾਂ ਨੂੰ ਲਤਾੜਿਆ ਜਿਨ੍ਹਾਂ ਨੂੰ ਦਬਾਇਆ ਹੋਇਆ ਜਿਨ੍ਹਾਂ ਨੂੰ ਡਰਾਇਆ ਹੋਇਆ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਬਰਾਬਰ ਦਾ ਰੁਤਬਾ ਨਹੀਂ ਮਿਲਦਾ ਹੋ ਇਹ ਮੈਂ ਥੋੜਾ ਜਾਇਦੇ ਤੇ ਜ਼ਰੂਰ ਗੱਲ ਕਹੂੰਗਾ ਕਿ ਇੱਕ ਬਾਰ ਬਾਰ ਉੱਠਦੀ ਆ ਔਰ ਲੰਬੀ ਡਿਬੇਟ ਪਰਾਣੀ ਚਲੀ ਆਉਂਦੀ ਆ ਔਰ ਇਹ ਬੜਾ ਐਪ੍ਰੋਪ੍ਰੀਏਟ ਮੌਕਾ ਕਿ ਜੇ ਇਹਨੂੰ ਥੋੜਾ ਜਆ ਕਰਨਾ ਚਾਹੀਦਾ ਹੈ ਸੁਖਵਿੰਦਰ ਐਸਸੀ ਇੱਕ ਸੰਵਿਧਾਨਿਕ ਕੈਟੇਗਰੀ ਆ ਜੇ ਤੁਸੀਂ ਕਿਸੇ ਨੂੰ ਪਾ ਲਓ ਉਹਦੇ ਚ ਤੇ ਉਹ ਐਸਸੀ ਹੋ ਗਿਆ ਜੇ ਕੱਢ ਦੋ ਤੇ ਉਹ ਨਾ ਹੋਣ ਐਸਸੀ ਹੋ ਗਿਆ ਉਹ ਜਨਰਲ ਹੋ ਗਿਆ ਜਾਂ ਓਬੀਸੀ ਹੋ ਗਿਆ ਇਹ ਇੱਕ ਸੰਵਿਧਾਨਿਕ ਕੈਟੇਗਰੀ ਆ ਪਰ ਜਿਹੜਾ ਧੱਲੇ ਤੇ ਆ ਉਹ ਇੱਕ ਇਤਿਹਾਸਿਕ ਇੱਕ ਸਭਿਆਚਾਰਕ ਇਕ ਸਮਾਜਿਕ ਇਕ ਆਰਥਿਕ ਕੈਟੇਗਰੀ ਆ ਔਰ ਜਿਹਦੇ ਵਿੱਚ ਇਨ ਬਿਲਟ ਇਕ ਰਿਵੋਲਟ ਆ ਜਦੋਂ ਤੁਸੀਂ ਦਲਿਤ ਕਹਿੰਦੇ ਆ ਨਪੀੜਿਆ ਕਹਿੰਦੇ ਆ ਅਪਰੈਸਟ ਕਹਿੰਦੇ ਆ ਉਹ ਕੱਲਾ ਸੁਖਵਿੰਦਰ ਇਕ ਇਕ ਉਹਨਾਂ ਦੇ ਅੰਦਰ ਜਿਹੜੇ ਸਵਰਨ ਆ ਜਾਂ ਜਿਹੜੇ ਉਹਨਾਂ ਨੂੰ ਨਪੀੜਦੇ ਆ ਕੋਈ ਵੀ ਜਿਹੜਾ ਨਪੀੜ ਦਾ ਉਹਨਾਂ ਵਿਰੁੱਧ ਬਾਗੀ ਸੁਰਾ ਹੀ ਨਹੀਂ ਟਿਕੀਆਂ ਕਰਦਾ ਇਕ ਰਾਜਨੀਤਿਕ ਚੇਤਨਾ ਹੀ ਨਹੀਂ ਵਧਾਉਂਦਾ ਉਨ੍ਹਾਂ ਦੇ ਅੰਦਰ ਜਿਹੜੇ ਫਿਰਕੇ ਹੈਗੇ ਜਿਸ ਤਰ੍ਹਾਂ ਹੁਣ ਪੰਜਾਬ ਦੇ ਅੰਦਰ ਸ਼ੈਡਿਊਲਡ ਕਾਸਟ ਕਿੰਨੀਆਂ ਜਾਤਾਂ ਆ ਜੀ 45 ਬਿਲਕੁਲ ਇਹ 45 ਜਿਹੜੀਆਂ ਜਾਤਾਂ ਆ ਉਹ ਸਾਰੀਆਂ ਆਪਸ ਵਿੱਚ ਵੰਡੀਆਂ ਆਈਆਂ ਜਦੋਂ ਤੁਸੀਂ ਸਾਰਿਆਂ ਨੂੰ ਇਕੱਠਾ ਦਲਿਤ ਕਹਿੰਦੇ ਆ ਤੋ ਉਹ ਇੱਕ ਮੁਠੀ ਵਾਂਗੂ ਮਜ਼ਬੂਤ ਲੱਗਦੇ ਆ ਉਹ ਇੱਕ ਲੱਗਦੇ ਆ ਉਹਨਾਂ ਦਾ ਜਾਣੀ ਜਿਹੜਾ ਵਿਰੋਧੀ ਹੈ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਮਿਲੀਟੇਟ ਕਰਦੇ ਆ ਜਾਨੀ ਇਹ ਸ਼ਬਦ ਜਿਹੜਾ ਉਹਨਾਂ ਨੂੰ ਮਜ਼ਬੂਤ ਕਰਦਾ ਉਹਨਾਂ ਨੂੰ ਬਗਾਵਤ ਕਰਨ ਲਈ ਇਸ ਹਾਲਾਤ ਨੂੰ ਸੁਧਾਰਨ ਲਈ ਉਤਸ਼ਾਹਤ ਵੀ ਕਰਦਾ ਔਰ ਉਹਨਾਂ ਨੂੰ ਉਸ ਚੈਲੰਜ ਨੂੰ ਲੈਣ ਲਈ ਇੱਕ ਕਿਸਮ ਦਾ ਜੋਸ਼ ਵੀ ਦਿੰਦਾ ਇਸ ਦੀ ਇਹ ਲੰਬੀ ਡਿਬੇਟ ਆ ਫਿਰ ਕਿ ਕੌਣ ਲੋਕ ਆ ਫਿਰ ਜਿਹੜੇ ਬਾਰ ਬਾਰ ਕਹਿੰਦੇ ਆ ਜਿਹੜਾ ਕਮਿਸ਼ਨ ਦੇ ਜਾਂ ਹੋਰ ਵੀ ਮੈਨੂੰ ਅੱਜ ਹੀ ਕਿਸੇ ਦਾ ਫੋਨ ਆਇਆ ਕਿ ਉਹ ਨਾ ਨਹੀਂ ਮੈਂ ਲੈਣਾ ਕੋਈ ਸੀਨੀਅਰ IAS ਵੀ ਕਈਆਂ ਨੂੰ ਇਹ ਬੜਾ ਦੁੱਖ ਲੱਗਦਾ ਮੈਂ ਵੀ ਜਾਣਦਾ ਕਈ ਬੰਦੇ ਮੇਰੇ ਨਾਲ ਵੀ ਇਹ ਬਹਿਸ ਪੁਰਾਣੀ ਕਰ ਚੁੱਕੇ ਕਿਉਂਕਿ ਮੈਂ ਅਮੇਦਕਰ ਸੈਂਟ ਚ ਰਹਿਣ ਕਰਕੇ ਮੈਨੂੰ ਇਹੋ ਜਿਹੇ ਮੁੱਦਿਆਂ ਦਾ ਸਾਹਮਣਾ ਕਰਨਾ ਪੈਂਦਾ ਸੁਖਵਿੰਦਰ ਇਹ ਉਹ ਬੰਦੇ ਆ ਜਿਹੜੇ ਦਲਿਤ ਕਹਾਉਣਾ ਪਸੰਦ ਨਹੀਂ ਕਰਦੇ ਜਿਹੜੇ ਰਿਜ਼ਰਵੇਸ਼ਨ ਨਹੀਂ ਆ ਕੇ ਹੁਣ ਦਲਤਾਂ ਦੇ ਅੰਦਰ ਬ੍ਰਾਹਮਣ ਬਣ ਚੁੱਕੇ ਆ ਹੂੰ ਉਹ ਕਹਿੰਦੇ ਕਿ ਸਾਨੂੰ ਦਲਿਤ ਨਾ ਕਹੋ ਐਸਸੀ ਤੇ ਠੀਕ ਹੈ ਇੱਕ ਸੰਵਿਧਾਨਿਕ ਜੀ ক্যাਟੇਗਰੀ ਆ ਚੁੱਪ ਕਰਕੇ ਉਹਦਾ ਕੋਈ ਬਹੁਤਾ ਉਹਦਾ ਕੀ ਹੈ ਅੱਜ ਤੁਸੀਂ ਹੈਗੇ ਕੱਲ ਨੂੰ ਕੱਢ ਦੋ ਨਹੀਂ ਆ ਉਹ ਕੋਈ ਬਹੁਤੀ ਗੱਲ ਨਹੀਂ ਉਹ ਬੈਨੀਫਿਟ ਲੈਣ ਲਈ ਸਾਡੀ ਚੱਲਦੀ ਰਹੇ ਪਰ ਅਸੀਂ ਜੇ ਤੁਸੀਂ ਆਈਏਐਸ ਨੂੰ ਆਈਪੀਐਸ ਅਫਸਰ ਨੂੰ ਕਿਸੇ ਮਨਿਸਟਰ ਨੂੰ ਜਾਂ ਕਿਸੇ ਫੋਨ ਜਿਹੜਾ ਵੱਡੇ ਅਹੁਦੇ ਤੇ ਬਹਿ ਗਿਆ ਦਲਿਤ ਦਾ ਨਾਮ ਵਰਤ ਕੇ ਰਿਜ਼ਰਵੇਸ਼ਨ ਲੈ ਕੇ ਅਪਰੈਸਡ ਵਨ ਦਾ ਨਾਮ ਲੈ ਕੇ ਹੁਣ ਉਹ ਕਹਿੰਦਾ ਮੈਨੂੰ ਇਹ ਨਾ ਕਹੋ ਮੈਨੂੰ ਇਹਦੇ ਤੋਂ ਥੋੜੀ ਜੀ ਕਰਾਇਤ ਜੀ ਆਉਂਦੀ ਆ ਮੈਂ ਬਾਕੀ ਦੇ ਆਪਣੇ ਆਈਐਸ ਐਨ ਉਹ ਆਈਪੀਐਸ ਹਨੋਂ ਅਲੱਗ ਹੋਣਾ ਇਹ ਉਹ ਲੋਕ ਆ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਇਹਨਾਂ ਨੂੰ ਆਪਣੇ ਭੈਣਾ ਭਰਾਵਾਂ ਨਾਲ ਜਿਹੜੇ ਪਿੱਛੇ ਰਹਿ ਗਏ ਆ ਜਿਹੜੇ ਅਜੇ ਵੀ ਉਸ ਦਬਾਅ ਦੇ ਥੱਲੇ ਉਸ ਕਿਸਮ ਦੇ ਰੋਜ ਜਿਹੜਾ ਦੁਰਵਿਵਹਾਰ ਆ ਉਸ ਨੂੰ ਬਰਦਾਸ਼ਤ ਕਰਦੇ ਹੋਏ ਆਪਣੇ ਜੀਵਨ ਨੂੰ ਜੀਵਨ ਨਰਬਾਹ ਕਰ ਰਹੇ ਆ ਇਹਨਾਂ ਨੂੰ ਉਹਨਾਂ ਤੋਂ ਬੋਅ ਆਉਂਦੀ ਆ ਔਰ ਇਹ ਦੱਸਣਾ ਵੀ ਨਹੀਂ ਚਾਹੁੰਦੇ ਇਹ ਤੇ ਆਪਣੇ ਆਪ ਨੂੰ ਐਸਸੀ ਵੀ ਨਹੀਂ ਕਮਾਉਣਾ ਚਾਹੁੰਦੇ ਉਹਨਾਂ ਸਾਰਿਆਂ ਦੇ ਨਾਲ ਇਹਨਾਂ ਨੂੰ ਖੜੇ ਹੋਣ ਲਈ ਭੀਮਰਾਵ ਅੰਬੇਦਕਰ ਸਾਹਮਣੇ ਰੈਜ਼ਰਵੇਸ਼ਨ ਦਿੱਤੀ ਸੀ ਇਹ ਉਹ ਬੰਦੇ ਆ ਜਿਹੜੇ ਹੁਣ ਕਹਿੰਦੇ ਸਾਨੂੰ ਦਲਿਤ ਨਾ ਕਹੋ ਜੇ ਕਹਿਣਾ ਤੇ ਮਜਬੂਰੀ ਵਸ ਸਾਨੂੰ ਐਸਸੀ ਜ਼ਰੂਰ ਕਹਿ ਦਿਓ ਇਹਦੋਂ ਵਾਦ ਨਾ ਕਹੋ ਇਹ ਇਹ ਏਡਾ ਮੁੱਦਾ ਮੁੱਦਾ ਹੈ ਗਿਆ ਇਸ ਲਈ ਇਹ ਜਿਹੜਾ ਮੁੱਦਾ ਆ ਵਾਂਸ ਫਾਰ ਆਲ ਇਹਦੋਂ ਮੈਂ ਅਗਲੀ ਗੱਲ ਵੀ ਦੱਸਦਾ ਇੱਕ ਬਹੁਤ ਵੱਡੀ ਮਹਾਰਾਸ਼ਟਰਾ ਜੋ ਮੂਵਮੈਂਟ ਚੱਲੀ ਸੀ 70ਵਿਆਂ ਦੇ ਵਿੱਚ अर्ਲੀ 70 ਉਹਦਾ ਨਾਂ ਸੀ ਦਲਿਤ ਪੈਂਥਰ ਮੂਵਮੈਂਟ ਉਹਨਾਂ ਨੇ ਤੇ ਸਨ 73 ਦੇ ਵਿੱਚ ਦਲਤਾ ਦੀ ਇੱਕ ਪਰਭਾਸ਼ਾ ਨਹੀਂ ਬਹੁਤ ਵੱਡਾ ਕਰਤਾ ਸੀਗਾ ਉਹ ਕਹਿੰਦੇ ਇਹਦੇ ਚ ਕੌਣ ਕੌਣ ਆਉਂਦੇ ਆ ਦਲ ਇਹ ਤੇ ਭਾਰਤ ਦੇ ਵਿੱਚ ਇਹਦੇ ਚ ਆਉਂਦੇ ਆ ਐਸਸੀ ਇਹਦੇ ਚ ਆਉਂਦੇ ਆ ਆਦੀਵਾਸੀ ਇਹਦੇ ਚ ਆਉਂਦੇ ਹੈਗੇ ਆ ਸਾਰੇ ਗਰੀਬ ਵਰਕਿੰਗ ਕਲਾਸ ਇਹਦੇ ਚ ਆਉਂਦੇ ਆ ਗਰੀਬ ਕਿਸਾਨ ਜਿਨ੍ਹਾਂ ਕੋਲ ਜ਼ਮੀਨ ਨਹੀਂ ਜਿਹੜੇ ਠੱਕੇ ਖਾਂਦੇ ਆ ਔਰ ਇਹਦੇ ਚ ਆਉਂਦੀਆਂ ਕੱਟਗਿਣਤੀਆਂ ਜਿਤਨਾ ਯੂਪੀ ਦੇ ਵਿੱਚ ਯੋਗੀ ਕੱਟਗਿਣਤੀਆਂ ਨਾਲ ਦੁਰਵਿਚਾਰ ਕਰ ਰਿਹਾ ਕੁੱਟਦਾ ਮਾਰਦਾ ਆ ਇਹਦੇ ਚ ਸਿੱਖ ਗੱਟ ਗਿਣਤੀ ਵੀ ਆਉਂਦੀ ਹੈ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਜਿਹੜਾ ਬਣਦਾ ਬਰਾਬਰਤਾ ਰੁਤਬਾ ਨਹੀਂ ਮਿਲਦਾ ਔਰ ਉਹਨਾਂ ਨੂੰ ਦਬਾ ਕੇ ਰੱਖਣ ਦੀਆਂ ਬਹੁ ਗਿਣਤੀਆਂ ਕੋਸ਼ਿਸ਼ ਕਰਦੀਆਂ ਉਹ ਸਾਰੇ ਇੱਕ ਪੱਦਰ ਦੇ ਉੱਤੇ ਦਲਿਤ ਦੀ ਜਿਹੜੀ ਵੱਡੀ ਡੈਫੀਨੇਸ਼ਨ ਉਹਦੇ ਚ ਆਉਂਦੇ ਆ ਤਾਂ ਹੀ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਆ ਜਿਨ੍ਹਾਂ ਨੇ ਸਾਇਬ ਸ੍ਰੀ ਕਾਂਸ਼ੀ ਰਾਮ ਜੀ ਦੇ ਨਾਲ ਯਾਦ ਕਰਦੇ ਆ ਜਿਨੇ ਮਾਇਆਵਤੀ ਨੂੰ ਐਡਾ ਵੱਡਾ ਲੀਡਰ ਬਣਾਇਆ ਉਹ ਕਹਿੰਦੇ ਸੀ ਕਿ ਸਾਡੀ ਗਿਣਤੀ 85% ਆ ਬਾਕੀ ਸਿਰਫ ਜਿਹੜੇ ਸਾਨੂੰ ਦਬਾਉਣ ਵਾਲੇ ਆ ਉਹ 15% ਆ ਅਸੀਂ ਇਹਨਾਂ ਨੂੰ ਢਾ ਲਾਂਗੇ ਪਰ ਤੁਸੀਂ ਸਮਝੋ ਤੇ ਜੇ ਤੁਸੀਂ ਉਹਨਾਂ ਨੂੰ ਦਲਿਤ ਨਾ ਕਹੋਗੇ ਫਿਰ ਉਹ ਇਕੱਠੇ ਕਿਵੇਂ ਹੋਣਗੇ ਇੱਕ ਝੰਡੇ ਥੱਲੇ ਇਕੱਠੇ ਕਿਵੇਂ ਹੋਣਗੇ ਉਹ 15% ਕੌਣ ਆ ਤੇ 85% ਕੌਣ ਆ ਇਸ ਲਈ ਇਹ ਜਿਹੜੇ ਲੋਕਾਂ ਨੂੰ ਫਾਇਦੇ ਲੈ ਕੇ ਚੰਗੀਆਂ ਅਹੁਦੀਆਂ ਤੇ ਪਹੁੰਚ ਗਏ ਚੰਗੇ ਸੁੱਖ-ਸੁਭਾ ਦਾ ਪਾ ਕੇ ਹੁਣ ਦਲਿਤ ਕਮਾਉਣ ਤੋਂ ਸ਼ਰਮ ਆਉਂਦੀ ਆ ਤੇ ਦਲਤਾਂ ਦੇ ਨਾਲ ਖੜੇ ਹੋਣ ਤੋਂ ਵੀ ਉਹਨਾਂ ਨੂੰ ਨਮੋਸ਼ੀ ਜੀ ਲੱਗਦੀ ਆ ਇਹ ਮੈਨੂੰ ਲੱਗਦਾ ਰੈਜ਼ਰਵੇਸ਼ਨ ਦਾ ਜਾਂ ਘਟੋ ਘਾਟ ਭੀਮਰਾਓ ਅੰਬੇਦਕਰ ਸਾਹਿਬ ਦਾ ਤੇ ਸੁਪਨਾ ਨਹੀਂ ਸੀਗਾ ਇਹ ਇਹਦੇ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਸਭ ਕੋ ਲੀਡਰਸ਼ਿਪ ਦਾ ਰੋਲ ਅਦਾ ਕਰਨਾ ਚਾਹੀਦਾ ਨਾ ਕਿ ਆਪਣੇ ਆਪ ਨੂੰ ਅਲੱਗ ਕਰਨਾ ਚਾਹੀਦਾ ਹਾਂਜੀ ਸੁਖਵਿੰਦਰ ਬਿਲਕੁਲ ਬਿਲਕੁਲ ਆਪਣੀ ਗੱਲ ਜਿਹੜਾ ਪਹਿਲੇ ਸਵਾਲ ਦੇ ਵਿੱਚ ਸੀਗਾ ਕਿ ਨਿਯੁਕਤੀਆਂ ਨੂੰ ਲੈ ਕੇ ਮੈਂ ਇੱਕ ਵਾਰ ਫਿਰ ਦੁਹਰਾ ਰਿਹਾ ਪ੍ਰੋਫੈਸਰ ਜੀ ਉਹਨੂੰ ਵੀ ਥੋੜਾ ਕੰਪਲੀਟ ਕਰੀਏ ਕਿ ਜਿਹੜੇ ਖਾਸ ਖਾਸ ਨੇ ਉਹਨਾਂ ਨੂੰ ਜਿਵੇਂ ਅਮਰਤਸਰ ਦੇ ਵਿੱਚ ਕੇਨ ਚੀਅਰਮੈਨ ਲਾਇਆ ਗਿਆ ਇਦਾਂ ਹੀ ਅਗਲੇ ਦਿਨਾਂ ਦੇ ਵਿੱਚ ਕੈਬਨਟ ਵਜ਼ੀਰੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਉਧਰ ਚਿੱਠਾ ਕੱਢ ਕੇ ਲੈ ਕੇ ਆਏ ਕਹਿੰਦੇ ਆ ਪੰਜ ਮੰਤਰੀ ਨੇ ਇਹਨਾਂ ਨੂੰ ਤਾਂ ਬਿਲਕੁਲ ਵੀ ਨਹੀਂ ਲਾਉਣਾ ਚਾਹੀਦਾ ਇਹਨਾਂ ਦੇ ਕੱਚੇ ਚਿੱਟੇ ਸਾਡੇ ਕੋਲ ਨੇ ਬਾਕੀ ਹੋਰ ਵੀ ਇਦਾਂ ਹੀ ਸਾਹਮਣੇ ਆ ਜਾਣੇ ਨੇ ਇਹਨਾਂ ਨੂੰ ਕਿੱਦਾਂ ਦੇਖਦੇ ਹੋ ਦੇਖੋ ਅਜੇ ਕਾਫੀ ਗੱਲਾਂ ਚਰਚੇ ਤੇ ਆ ਮਨਿਸਟਰਾਂ ਬਾਰੇ ਵੀ ਕਿਹੜੇ ਬਾਹਰ ਜਾਣਗੇ ਜਿਹੜੇ ਕਰਪਟ ਰਹੇ ਆ ਜਿਨ੍ਹਾਂ ਦੇ ਉੱਤੇ ਕੋਈ ਇਹੋ ਜੇ ਅਲੀਗੇਸ਼ਨ ਹੈ ਉਹ ਅੱਜ ਖ਼ਬਰਾਂ 'ਚ ਕੁਝ ਆਇਆ ਵੀ ਆ ਉਹ ਸਾਰੇ ਐਵੇਂ ਕਬੂਤਰ ਪਤੰਗਾ ਡਾਉਣ ਵਾਲੀ ਗੱਲ ਆ ਵੀ ਉਹ ਕੱਟੀ ਗਈ ਉਹ ਚੜ ਗਈ ਹੈਨਾ ਅਜੇ ਉਹ ਥੋੜਾ ਮੀਡੀਆ ਵੀ ਮਜ਼ਾ ਲੈ ਰਿਹਾ ਉਹ ਆ ਲੈਂਡ ਦੀ ਉਹ ਲਿਸਟ ਪਰ ਕੁਝ ਬੰਦੇ ਫਰੰਟ ਰਨਰ ਹੈਗੇ ਜਿੱਦਣ ਹੁਣ ਕਾਂਗੜ ਨੂੰ ਕਹਿੰਦੇ ਸ਼ਾਇਦ ਬਾਹਰ ਜਾਵੇ ਫਿਰ ਇਸੇ ਤਰੀਕੇ ਨਾਲ ਧਰਮਸੋਤ ਦਾ ਬੜੀ ਚਰਚਾ ਧਰਮਸੋਤ ਨੂੰ ਤੇ ਆਪ ਹੀ ਰਜਾਇਨ ਕਰ ਦੇਣਾ ਚਾਹੀਏ ਉਹਨੂੰ ਆਪ ਕਹਿਣਾ ਚਾਹੀਦਾ ਇਹ ਤਾਂ ਉਹਦੀ ਇੱਜ਼ਤ ਬਚਦੀ ਆ ਤੁਹਾਨੂੰ ਪਤਾ ਉਹ ਬਹੁਤ ਵੱਡਾ ਮਾੜਾ ਕੰਮ ਸੀ ਤੇ ਇਹ ਜਿਹੜਾ ਸਭ ਤੋਂ ਮਾੜਾ ਜੇ ਕੋਈ ਕੰਮ ਮੈਨੂੰ ਲੱਗਦਾ ਜਿਹੜਾ ਇਹਨਾਂ ਦਾ ਸੀਐਮ ਸਾਹਿਬ ਦਾ ਸੀਗਾ ਉਹ ਧਰਮਸੋਤ ਨੂੰ ਡਿਫੈਂਡ ਕਰਨਾ ਇਹ ਮਾੜੀ ਗੱਲ ਆ ਕੋਈ ਵੀ ਹੋਵੇ ਤੁਸੀਂ ਗਰੀਬ ਦਾ ਪੈਸਾ ਖਾ ਜਾਓ ਇਹਦੇ 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 ਬਹੁਤ ਹੀ ਕੋ ਕਰਮ ਆ ਵੱਡਾ ਪਾਪ ਹੈਗਾ ਇਸ ਲਈ ਇਹ ਸਜ਼ਾ ਤੇ ਉਹਨਾਂ ਨੂੰ ਖੁਦ ਹੀ ਇਹ ਸਜ਼ਾ ਲੈ ਲੈਣੀ ਚਾਹੀਦੀ ਆ ਕਿ ਦੇਖੋ ਮੈਂ ਮੈਨੂੰ ਪਛਤਾਪ ਕਰਨ ਦਾ ਟਾਈਮ ਦਿਓ ਮੈਨੂੰ ਨਾ ਦੁਬਾਰਾ ਮਨਿਸਟਰ ਬਣਾਓ ਘੱਟੋ ਘਟਾ ਜਿਹੜੇ 6 ਮਹੀਨੇ ਆ ਦੁਬਾਰਾ ਦੇਖਾਂਗੇ ਜਦੋਂ ਮੈਂ ਮੈਨੂੰ ਇਹ ਮੈਨੂੰ ਇਹ ਕਾਰ ਸੇਵਾ ਲਾਵੇ ਪਾਰਟੀ ਹੁਣ ਇਹਦੀ ਕੋਈ ਕਾਰ ਸੇਵਾ ਧਰਮ ਖੋਦ ਦੀ ਲਾਉਣ ਜਾਂ ਇਹੋ ਜਿਹੇ ਜਿਹੜੇ ਹੋਰ ਵੀ ਆ ਜਿਹੜੇ ਨਵੇਂ ਯੰਗ ਬੰਦੇ ਆ ਕੋਈ ਉਹਨਾਂ ਦੇ ਚਾਂਸ ਹੈਗੇ ਪਰ ਜਿਹੜਾ ਬਦਲਿਆ ਆ ਮੈਨੂੰ ਇੱਕ ਥੋੜੀ ਜਿਹਾ ਲੱਗਦਾ ਸ਼ੱਕ ਲੱਗਦਾ ਸਤਵਿੰਦਰ ਇੰਪਰੂਵਮੈਂਟ ਰੈਸਪਲਾ ਚੇਅਰਮੈਨ ਬਦਲਿਆ ਜਾਨੀ ਗਏ ਆ ਸਵੇਰੇ ਦੇਖੋ 3:30 ਵਜੇ ਸਾਰੇ ਐਮਐਲਏ ਨੂੰ ਅੰਮ੍ਰਿਤਸਰ ਬੁਲਾ ਲਿਆ 5 ਵਜੇ ਇਹ ਉੱਥੇ ਪਹੁੰਚ ਗਏ ਟਾਬਿਆਂ ਤੋਂ ਚਾਹ ਚੂਪੀਤੀ ਦੱਸਿਆ ਕਿ ਮੈਂ ਆਮ ਆਦਮੀ ਆ ਝੂਟਾ ਲਿਆ ਕਿ ਮੈਂ ਆਮ ਆਦਮੀ ਨੂੰ ਟਾਬਿਆਂ ਨੂੰ ਭੁੱਲ ਨਹੀਂ ਗਏ ਉਹ ਸਾਰਾ ਵੀ ਹੋਇਆ ਉਹ ਸਾਰਾ ਕੁਝ ਐਕਸਰਸਾਈਜ਼ ਕਰਨ ਤੋਂ ਬਾਅਦ ਫਟਾਫਟ ਨਾਲੋ ਨਾਲ ਚੇਅਰਮੈਨ ਦੀ ਚਿੱਠੀ ਵੀ ਪੜਾਈ ਗਈ ਜੋ ਮੈਨੂੰ ਲਿਖ ਰਿਹਾ ਮੀਡੀਆ ਦੇ ਵਿੱਚ ਬਾਕੀ ਜੇ ਮੈਂ ਗਲਤ ਹੋਵਾਂ ਤੇ ਕਰੈਕਟ ਕਰ ਦਿਓ ਉਹਦੇ 'ਚ ਮੈਨੂੰ ਲੱਗਦਾ ਹੈ ਇੱਕ ਕਿਤੇ ਰਾਜਾ ਸਾਹਿਬ ਲਈ ਕੈਪਟਨ ਸਾਹਿਬ ਲਈ ਇੱਕ ਨਵਾਂ ਪੰਗਾ ਨਾ ਖੜਾ ਹੋਏ ਤੁਹਾਨੂੰ ਯਾਦ ਆ ਗਿਆ ਹੁਣ ਮੈਂ ਕੀ ਕਹਿਣਾ ਚਾਹੁੰਦਾ ਉਹ ਫਾਈਲਾਂ ਉੱਥੇ ਹੀ ਆ ਜਿਹੜੀਆਂ ਬੰਦ ਅਕਾਲੀਆਂ ਤੋਂ ਕਰਵਾ ਲੈਣਾ ਸੀ ਇਹ ਸਿਟੀ ਸਕੈਂਡਲ ਜਿਹੜਾ ਸਿਟੀ ਸਕੀਮ ਆ ਇੱਥੇ ਦਾ ਸਿਟੀ ਸੈਂਟਰ ਦਾ ਲੁਧਿਆਣੇ ਵਾਲਾ ਉਹਦਾ ਵੀ ਕੋਈ ਨਾ ਕੋਈ ਸ਼ਾਇਦ ਹੁਣ ਇਹ ਨਵੀਂ ਗੱਲ ਕਿਉਂਕਿ ਇਹ ਤੇ ਧੜੇ ਬੰਦੀ ਆ ਜਦ ਕੈਪਟਨ ਇੱਕ ਪਾਸਿਓਂ ਕਹਿੰਦਾ ਕਿ ਮੈਂ ਸਿੱਧੂ ਨੂੰ ਨਹੀਂ ਬਖਸ਼ ਸਕਦਾ ਮੈਂ ਉਹਨੂੰ ਦੇਖ ਨਹੀਂ ਸਕਦਾ ਮੈਂ ਉਹਨੂੰ ਨਹੀਂ ਚੱਲ ਸਕਦਾ ਉਹ ਤੇ ਐਂਟੀ ਨੈਸ਼ਨਲ ਆ ਜੀ ਉਹ ਤੇ ਜਾ ਕੇ ਉਹਨੇ ਬਾਜਵੇ ਨਾਲ ਜੱਫੀ ਪਾ ਲਈ ਉਹ ਤੇ ਉਹਨੇ 10 ਵਾਰੀ ਗੰਗਾ ਨਹਾ ਕੇ ਆਵੇ ਤਾਂ ਵੀ ਨਹੀਂ ਸੁੱਚਾ ਹੋ ਸਕਦਾ ਉਹ ਦੇਸ਼ ਭਗਤ ਨਹੀਂ ਹੋ ਸਕਦਾ ਹੁਣ ਉਹ ਪਾਕਿਸਤਾਨ ਇਤਿਹੇ ਇਹ ਨਹੀਂ ਕਹਿ ਦਿੰਦਾ ਜੇ ਕਿ ਉਹਨੂੰ ਹੁਣ ਪਾਕਿਸਤਾਨੀ ਭੇਜ ਦਿਓ ਬੀਜੇਪੀ ਵਾਂਗੂ ਕਿਉਂਕਿ ਜੇ ਤੋ ਭਾਸ਼ਾ ਬੋਲਣੀ ਖੁੱਲ ਕੇ ਬੋਲੋ ਕਿ ਉਹ ਤੇ ਸਾਡੇ ਦੇਸ਼ ਦੇ ਕਾਬਿਲ ਹੀ ਨਹੀਂ ਰਿਆ ਜਦੋਂ ਇਹ ਉਹ ਜੀ ਇੱਕ ਜਾਨੀ ਏਡੀ ਵੱਡੀ ਉਮਰ ਦੇ ਸਾਡੇ ਕੈਪਟਨ ਸਾਹਿਬ ਇਹੋ ਜੀਆਂ ਛੋਟੀਆਂ ਗੱਲਾਂ ਕਰਨਗੇ ਤੇ ਸਿੱਧੂ ਤੇ ਤੁਹਾਨੂੰ ਪਤਾ ਉਹ ਤੇ ਫਿਰ ਤੁਹਾਨੂੰ ਅੱਗੇ ਹੀ ਹੈ ਕਰੇਲਾ ਨਿੰਮ ਚੜਿਆ ਹੋਇਆ ਉਹ ਕਿਹੜਾ ਕਿਤੇ ਘਟਿਆ ਹੁਣ ਉਹ ਵੀ ਟੀਬਰੀ ਥੋੜੀ ਜੀ ਕੱਸਣ ਦੀ ਕੋਸ਼ਿਸ਼ ਕਰੂ ਘੱਟੋ ਘੱਟ ਇਸ ਗੱਲ ਲਈ ਕਿ ਇਹ ਕਿਤੇ ਬਾਹਰ ਅੰਦਰ ਨਾ ਦੂਸਰੇ ਪਾਸੇ ਜਾਦਾ ਦੇਖੇ ਕੈਪਟਨ ਸਾਹਿਬ ਹੁਣ ਉਹ ਬਾਹਰ ਹੁੰਦੇ ਹੋਏ ਵੀ ਅੰਦਰੇ ਹੀ ਰਹਿਣ ਕਾਂਗਰਸ ਦੇ ਜਦ ਤੱਕ ਇਹ ਇਹ ਤੁਹਾਨੂੰ ਪਤਾ ਇਹ ਪੇਚ ਕੱਸਣ ਵਾਲੀ ਪੋਲਿਟਿਕਸ ਆ ਮੈਨੂੰ ਇਹ ਲੱਗਦਾ ਕਿ ਉਹਨਾਂ ਨੇ ਇਹ ਸਿਗਨਲ ਸਾਫ਼-ਸਾਫ਼ ਦੇ ਦਿੱਤਾ ਵੀ ਬੰਦਾ ਸੀ ਆਪਣਾ ਲਾਤਾ ਫਾਈਲਨ ਦੁਬਾਰਾ ਅਸੀਂ ਖੋਲਾਂਗੇ ਤੇ ਫਿਰ ਅਸੀਂ ਦੇਖਾਂਗੇ ਕਿ ਕਿਹਨੂੰ ਕਿੱਧਰ ਨੂੰ ਤੋੜਨਾ ਭੇਸ ਕਰਕੇ ਚੁੱਪ ਕਰਕੇ ਸ਼ਾਂਤੀ ਨਾਲ ਇਲੈਕਸ਼ਨ ਜਿਹੜੀ ਆ ਦੂਜੇ ਧੜੇ ਨੂੰ ਸਿਗਨਲ ਦੇ ਦਿੱਤਾ ਹਾਂਜੀ ਬਿਲਕੁਲ 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 ਅਗਲੀ ਖਬਰ ਆਖਰੀ ਕਿ ਫਕਤਾ ਸਾਹਿਬ ਇਹਨੂੰ ਕਿਦਾਂ ਦੇਖਦੇ ਰਾਜੇਵਾਲ ਸਾਹਿਬ ਤੇ ਅਕਾਲੀ ਦਲ ਲਗਾਤਾਰ ਹਮਲਾਵਰ ਇੱਕ ਦੂਜੇ ਤੇ ਉਹ ਕਹਿੰਦੇ ਅਕਾਲੀ ਦਲ ਨਾਲੇ ਕਹਿੰਦੇ ਕਿ ਤੁਸੀਂ ਆਓ ਸਿਆਸੀ ਮੈਦਾਨ ਦੇ ਵਿੱਚ ਆਓ ਫਿਰ ਅਸੀਂ ਟੱਕਰਾਂਗੇ ਤੁਸੀਂ ਕਿਸਾਨਾਂ ਦੇ ਮੰਚ ਦੇ ਉੱਤੇ ਬਹਿ ਕੇ ਤੁਸੀਂ ਸਾਡੇ ਸਿਆਸੀ ਨਿਸ਼ਾਨੇ ਖਸ ਰਹੇ ਹੋ ਜਿਹੜਾ ਰੌਲਾ ਰੱਪਾ ਇਹਨਾਂ ਦਾ ਵਿਆਹ 17 ਸਤੰਬਰ ਤੋਂ ਸ਼ੁਰੂ ਹੋਇਆ ਇਹ ਕੁਝ ਸੁਖਵਿੰਦਰ ਇਹ ਬੜੀ ਅਫਸੋਸ ਵਾਲੀ ਗੱਲ ਆ ਕਿ ਮੈਂ ਵੀ ਇਸ ਗੱਲ ਦਾ ਆਪ ਵਿਟਨੈਸ ਹੈਗਾ ਕਿ ਕਾਲੀ ਦਾਲ ਕਿਤੇ ਨਾ ਕਿਤੇ ਸੰਯੁਕਤ ਕਿਸਾਨ ਮੋਰਚੇ ਨੂੰ ਨਹੀਂ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਹੀ ਰਾਜੇਵਾਲ ਨੂੰ ਖਾਸ ਕਰਕੇ ਟਾਰਗੇਟ ਕਰਦੇ ਕਿਉਂਕਿ ਸਭ ਤੋਂ ਟਾਵਰਿੰਗ ਸਭ ਤੋਂ ਵੱਡੇ ਲੀਡਰ ਉਹੀ ਅਮਰਜ ਹੋਏ ਆ ਉਹਨਾਂ ਨੂੰ ਜਾਂ ਤੇ ਛਾਕਿਆ ਜਾਂ ਉਹਨਾਂ ਕੋਲ ਕੋਈ ਇਹੋ ਜਿਹੇ ਪ੍ਰੂਫ ਹੈਗੇ ਆ ਕਿ ਐਜ਼ ਇਟ ਇੱਕ ਕਾਂਗਰਸੀ ਸੇਵਾ ਕਰ ਰਿਹਾ ਜੀ ਇਹ ਉਹ ਲਗਾਤਾਰ ਕਹਿੰਦੇ ਆ ਖੁੱਲਕੇ ਨਹੀਂ ਕਹਿੰਦੇ ਪ੍ਰਾਈਵੇਟਲੀ ਕਹਿੰਦੇ ਆ ਕਈ ਵਾਰੀ ਉਸ ਕਿਸਮ ਦੀ ਵੀ ਗੱਲ ਕਹਿੰਦੇ ਹੁਣ ਉਹ ਆਪਣੀ ਗੱਲ ਨੂੰ ਪ੍ਰੂਫ ਕਰਨ ਲਈ ਆ ਪਿੱਛੇ ਜਿਹੜਾ 17 ਤਰੀਕ ਨੂੰ ਉੱਥੇ ਕੱਢ ਕੇ ਆਏ ਆ ਹੈਨਾ ਜਲੂਸ ਜਲਸਾ ਸਾਰਾ ਪਰ ਜਿਹੜਾ ਗੁਰਦੁਆਰਾ ਰਕਾਬਗਨ ਸਾਹਿਬ ਤੋਂ ਚੱਲ ਕੇ ਪਾਰਲੀਮੈਂਟ ਵੱਲ ਜਾਣਾ ਸੀ ਤੇ ਉੱਥੇ ਉਹ ਜਿਹੜਾ ਮਜਹਰਾ ਕਰਕੇ ਆਏ ਦਿੱਲੀ ਰਾਤ ਨੂੰ ਉਸ ਜਿਹੜੀ 17 ਤੋਂ ਪਹਿਲਾਂ ਦੀ ਰਾਤ ਸੀ ਰਾਹ ਵਿੱਚ ਕੁਝ ਬੰਦੀਆਂ ਦੀਆਂ ਉਹ ਕੌਣ ਬੰਦੇ ਸੀ ਕਿਵੇਂ ਪੁੱਛਿਆ ਗਿਛਿਆ ਉਹ ਕਹਿੰਦੇ ਸਾਨੂੰ ਪੁੱਟਿਆ ਵੱਡੀ ਪ੍ਰੈਸ ਕਾਨਫਰੰਸ 40 50 ਬੰਦੇ ਇਕੱਠੇ ਕਰਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲੇ ਕੱਲੇ ਦਾ ਕੇ ਸੁਣਾਇਆ ਕੱਲੇ ਕੱਲੇ ਦੇ ਬੰਦੇ ਨੂੰ ਪੇਸ਼ ਕੀਤਾ ਉਹਦੇ ਕੋਲ ਬਿਆਨ ਦਿਵਾਏ ਹੁਣ ਇੱਕ ਪਾਸੇ ਤੇ ਅਕਾਲੀ ਦਲ ਜਿਹੜੀ ਖਾਸ ਕਰ ਟਿਕਰੀ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਸੀਗੇ ਜਾਂ ਕੋਈ ਉਹਨਾਂ ਦੇ ਪੈਰੋਕਾਰ ਉਹਨਾਂ ਦੇ ਉੱਤੇ ਹਮਲਾ ਕਰ ਰਹੇ ਸੀ ਹੁਣ ਇਹ ਕਿੱਥੇ ਸੱਚਿਆ ਕਿਹਦਾ ਸੱਚਿਆ ਇਹਦੇ ਜਾਣੇ ਰੱਬ ਜਾਣੇ ਮੇਰੇ ਕੋਲ ਕੋਈ ਆਪਣੀ ਰਿਪੋਰਟ ਹੈ ਨਹੀਂ ਕਿ ਇਹਨਾਂ ਨਾਲ ਹੋਇਆ ਕੀ ਹੋਇਆ ਉਲਟਾ ਕਿਸਾਨਾਂ ਵੱਲੋਂ ਇਹ ਹੈ ਕਿ ਉੱਥੇ ਇਹ दारू ਲੈ ਕੇ ਜਾ ਰਹੇ ਸੀ ਫਲਾਣਾ ਸੀ ਧਮਕਾਣਾ ਸੀ ਉਹਨਾਂ ਵੱਲੋਂ ਕੁਝ ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਉਹਨਾਂ ਵੱਲੋਂ ਇਹ ਵੀ ਆਉਂਦਾ ਕਿ ਦੇਖੋ ਜੀ ਗਏ ਤੇ ਸਾਡੀ ਸਪੋਰਟ ਕਰਨ ਸੀ ਇਹ ਤੇ ਉੱਥੇ ਆਪਣਾ ਪਾਰਟੀ ਦੀਆਂ ਵੋਟਾਂ ਬਣਾਉਣ ਗਏ ਉਸੇ ਕਿਸਮ ਦੇ ਪਾਸ਼ਾ ਨੇ ਉਸੇ ਕਿਸਮ ਦੀਆਂ ਗੱਲਾਂ ਉੱਥੇ ਕਿਸਮ ਦੇ ਸਾਰੇ ਉੱਥੇ ਨਾਰੇਬਾਜੀ ਹੋਈ ਹੈ ਸਾਡਾ ਤੇ ਐਵੇਂ ਨਾ ਹੀ ਵਰਤਿਆ ਜੇ ਕਰਨਾ ਸੀ ਤੇ ਕੋਈ ਲੰਬੀ ਧੀਰ ਤੱਕ ਕਰਦੇ ਮੀਨਾ ਦੋ ਮਹੀਨੇ ਉੱਥੇ ਟਿਕਦੇ ਸਾਨੂੰ ਵੀ ਸਮਝ ਪੈਂਦੀ ਕਿ ਸਾਡੀ ਜੈਨੂਇਨਲੀ ਦਿਲੋਂ ਮਦਦ ਕਰਨ ਆਏ ਆ ਇਸ ਕਰਕੇ ਸੁਖਵਿੰਦਰ ਇਹ ਕਾਫੀ ਅਫਸੋਸਜਨ ਕੀ ਮੈਨੂੰ ਗੱਲ ਲੱਗਦੀ ਹੈ ਇਹ ਗੱਲ ਮੈਂ ਜ਼ਰੂਰ ਸਮਝਦਾ ਹਾਂ ਕਿ ਕੱਲ ਫੇਰ ਇੱਕ ਪ੍ਰੈਸ ਕਾਨਫਰੰਸ ਕਰ ਕੀਤੀ ਰਾਜੇਵਾਲ ਜੀ ਨੇ ਸ਼ਾਇਦ ਕਾਦੀਆਂ ਵੀ ਉੱਥੇ ਸੀਗੇ ਮੈਂ ਨਹੀਂ ਉੱਥੇ ਜਾ ਸਕਿਆ ਉੱਥੇ-ਉੱਥੇ ਵੀ ਜਿਹੜੇ ਕੁਝ ਇਹੋ ਜਿਹੇ ਮੀਡੀਆ ਦੇ ਪੰਜ ਚਾਰ ਬੰਦੇ ਸੀ ਜਿਹੜੇ ਕਾਫੀ ਆਕਰਮਕ ਸੀਗੇ ਕਿਆ ਤੇ ਮੇ ਹੋਇਆ ਜੀ ਉਦਾਂ ਕਿਦਾਂ ਹੋਇਆ ਆਜ ਦਾ ਜਵਾਬ ਦੋ ਇਦਾਂ ਜੋ ਕਿਰਨ ਦੀ ਕੋਸ਼ਿਸ਼ ਬੰਦਾ ਕਰਦਾ ਤੇ ਉਥੇ ਫਿਰ ਕਿਹਾ ਰਾਜਵਾਲ ਸਾਹਿਬ ਨੇ ਕਿ ਫਿਰ ਬਾਲੀ ਗੱਲ ਆ ਕਿ ਅਸੀਂ ਵੀ ਸਾਡੇ ਕੋਲ ਵੀਡੀਓ ਹੈ ਜੇ ਅਕਾਲੀ ਦਲ ਵੀਡੀਓ ਜਾਰੀ ਕਰਦਾ ਤਾਂ ਅਸੀਂ ਵੀ ਵੀਡੀਓ ਕੁਛ ਨਾ ਕੁਛ ਜਾਰੀ ਕਰ ਸਕਦੇ ਇਹਦੇ ਜਵਾਬ ਵਿੱਚ ਕੁਛ ਨਾ ਕੁਛ ਪਿੱਛੇ ਜਦੋਂ ਬੰਦੇ ਪੈਂਦੇ ਸਾਡੇ ਪੋਲਿਟਿਕਸ ਹੈ ਹੀ ਇਹੋ ਜੀ ਆ ਸ਼ਾਇਦ ਇਹ ਵੀ ਕੁਝ ਨਾ ਕੁਝ ਲੀਡਰਾਂ ਬਾਰੇ ਇਕੱਠਾ ਕਰਦੇ ਹੋਣ ਜਾਂ ਇਹਨਾਂ ਕੋ ਹੋਵੇ ਜਾਂ ਵੈਸੇ ਹੀ ਰਾਜਨੀਤਿਕ ਦਬਕਾ ਅਗਲੇ ਨੂੰ ਝਰਕਾਉਣ ਲਈ ਮਾਰਦੇ ਹੋਣ ਇਸ ਗੱਲਾਂ ਤੇ ਗੱਲਾਂ ਆਮਨੇ ਸਾਹਮਨੇ ਆਉਣੀਆਂ ਹਾਲਾਂਕਿ ਅਕਾਲੀ ਦਲ ਬਿਲਕੁਲ ਇਸ ਗੱਲ ਨੂੰ ਅਵੋਇਡ ਕਰ ਰਿਹਾ ਉਹ ਨਹੀਂ ਕਹਿ ਰਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਕੀਤਾ ਜਾਂ ਬੇਇੱਜ਼ਤ ਕੀਤਾ ਜਾਂ ਜੋ ਵੀ ਕੁੱਟਮਾਰ ਹੋਈ ਉਹਦੇ ਇਥੇ ਤੱਕ ਕਹਿੰਦੇ ਕਿ ਕੁਝ ਬੰਦਿਆਂ ਦੀ ਦਾੜੀ ਵੀ ਖੋਈ ਪੱਗ ਲਾਤੀ ਉਹ ਬੰਦਿਆਂ ਨੂੰ ਪੇਸ਼ ਕੀਤਾ ਉਹਨਾਂ ਨੇ ਉਹ ਇਹ ਕਹਿ ਰਿਹਾ ਕਿ ਕੁਝ ਸ਼ਰਾਰਤੀ ਬੰਦੇ ਇਨਾਂ ਦੇ ਅੰਦਰ ਵੜੇ ਆ ਜਿਹੜੇ ਇਹਨਾਂ ਨੂੰ ਬਦਨਾਮ ਕਰ ਰਹੇ ਆ ਸਾਡੇ ਤੇ ਹਮਲਾ ਕਰ ਰਹੇ ਆ ਇਹਨਾਂ ਨੂੰ ਇਨਕੁਆਇਰੀ ਕਰਕੇ ਉਹਨਾਂ ਨੂੰ ਆਈਸੋਲੇਟ ਕਰਨਾ ਚਾਹੀਦਾ ਤੇ ਐਜ਼ ਅ ਪ੍ਰੂਫ ਅਕਾਲੀ ਦਲ ਕਹਿੰਦਾ ਕਿ ਇਹਨਾਂ ਨੇ ਖੁਦ ਕਿਹਾ ਸੀ ਰਾਜੇਵਾਲ ਨੇ ਕਿ ਸਾਡੇ ਅੰਦਰ ਇਹੋ ਜਿਹੇ ਬੰਦੇ ਘੁਸੇ ਹੋਏ ਆ ਹੁਣ ਇਹ ਮੈਨੂੰ ਲੱਗਦਾ ਕਿ ਜ਼ਿਆਦਾਤਰ ਗੱਲ ਪੋਲਿਟਿਕਸ ਦੇ ਉੱਤੇ ਆਈ ਆ ਮੀਣੋ ਮੀਣੀ ਉੱਤੇ ਆ ਇਹਦੇ ਚ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਮੇਰਾ ਖਿਆਲ ਆ ਕਿ ਇਹੋ ਜਿਹਾ ਸਿੱਧੀ ਸਿੱਧੀ ਕਨਫਰੋਨਟੇਸ਼ਨ ਪੰਜਾਬ ਦੀ ਕਿਸੇ ਵੀ ਪਾਰਟੀ ਦੇ ਵਿੱਚ ਆਉਣ ਤੋਂ ਕੋਸ਼ਿਸ਼ ਕਰਨੀ ਚਾਹੀਦੀ ਆ ਅਵਾਇਡ ਕੀਤਾ ਜਾਏ ਨਹੀਂ ਜੇਕ ਨਵਾਂ ਫਰੰਟ ਖੁੱਲ ਜੂਗਾ ਉਹ ਆਪਾਂ ਦਿੱਲੀ ਵਾਲੇ ਫਰੰਟ ਤੇ ਫੋਕਸ ਰੱਖੀਏ ਇੱਥੇ ਜਿਹੜੀ ਵੀ ਆ ਗੱਲ ਉਹ ਆਪਸ ਵਿੱਚ ਬੈਠ ਕੇ ਜਾਂ ਕੋਈ ਕਮੇਟੀ ਬਣਾ ਕੇ ਜਿਸ ਤਰ੍ਹਾਂ ਪਹਿਲਾਂ ਕਮੇਟੀ ਬਣਦੀ ਆ ਉਸ ਨੂੰ ਹੱਲ ਕਰ ਲੈਣਾ ਚਾਹੀਦਾ ਜੇ ਕਿਸੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਏ ਆ ਉਹ ਬੰਦੇ ਦੇਖ ਲੈਣੇ ਚਾਹੀਦੇ ਆ ਤੇ ਘੱਟੋ ਘੱਟ ਮੀਡੀਆ ਚਾੱਕੇ ਸਾਰੀ ਰਿਪੋਰਟ ਜਾਰੀ ਪਬਲੀਕਲੀ ਕਹ ਦੇਣੀ ਚਾਹੀਦੀ ਆ ਕਿ ਆ ਬੰਦੇ ਸੀ ਆ ਗੱਲ ਹੋਈ ਐਦਾਂ ਹੋਈ ਐ ਇਹ ਇਹਨਾਂ ਦਾ ਝੂਠ ਆ ਸਾਡਾ ਝੂਠ ਆ ਪ੍ਰੈਸ ਕਾਨਫਰੈਂਸ 'ਚ ਕੱਲ ਗੱਲਾਂ ਹੋਈਆਂ ਹੋਣੀਆਂ ਮੈਂ ਉੱਥੇ ਪ੍ਰੈਜ਼ੈਂਟ ਨਹੀਂ ਸੀ ਮੈਂ ਬਹੁਤਾ ਨਹੀਂ ਦੱਸ ਸਕਦਾ ਪਰ ਮੈਂ ਇੱਕ ਗੱਲ ਜ਼ਰੂਰ ਮਹਿਸੂਸ ਕਰ ਰਿਹਾ ਆ ਕਿ ਕੁਝ ਵੀ ਹੋਵੇ ਸਿੱਧਾ-ਸਿੱਧਾ ਸੰਯੁਕਤ ਕਿਸਾਨ ਮੋਰਚੇ ਨੂੰ ਪਾਰਟੀਆਂ ਨਾਲ ਹਾਲ ਦੀ ਘੜੀ ਪੰਜਾਬ ਦੇ ਅੰਦਰ ਜਿੱਥੇ ਕਿ ਮਾਹੌਲ ਰਾਜਨੀਤਿਕ ਤੌਰ ਤੇ ਇਲੈਕਸ਼ਨਾਂ ਕਰਕੇ ਕਾਫੀ ਗਰਮਾਇਆ ਹੋਇਆ ਆ ਉਹਨਾਂ ਨੂੰ ਵੀ ਆਪਣੀ ਛਵੀ ਦੀ ਬੜੀ ਇਸ ਵੇਲੇ ਲੱਗੀ ਹੋਈ ਹੈ ਬਣੇ ਜਾਂ ਨਾ ਬਣੇ ਉਹਨਾਂ ਨੂੰ ਆਪਣੇ ਤੌਰ ਤੇ ਕਾਫੀ ਖਰਚਾ ਔਰਚਾ ਕਰਕੇ ਆਪਣੀ ਸ਼ਬੀ ਨੂੰ ਹਰ ਕੋਈ ਇੰਪਰੂਵ ਕਰਨੀ ਲੱਗਾ ਤੇ ਸਿੱਧੀ ਸਿੱਧੀ ਕਨਫਰਨਟੇਸ਼ਨ એનર્ਜੀ ਨੂੰ ਸੇਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਹਾਂ ਆਪਣੇ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਆਪਣੇ ਵੱਲੋਂ ਕੀਮਤ ਤਾਰ ਕੇ ਨਹੀਂ ਸੰਯੁਕਤ ਕਿਸਾਨ ਮੋਰਚੇ ਨੂੰ ਪਰ ਜਿੱਥੋਂ ਤੱਕ ਸਚਾਈ ਆ ਉਹਦੇ ਨਾਲ ਜਿਵੇਂ ਹਮੇਸ਼ਾ ਸੰਯੁਕਤ ਕਿਸਾਨ ਮੋਰਚਾ ਖੜਾ ਰਿਹਾ ਅੱਜ ਨਾਲ ਰਹਿ ਕੇ ਆਪਣੀ ਸਾਰੀ એનર્ਜੀ ਸਾਨੂੰ ਸਾਰਿਆਂ ਨੂੰ ਦਿੱਲੀ ਵੱਲ ਫੋਕਸ ਰੱਖਣੀ ਚਾਹੀਦੀ ਹਾਂਜੀ ਸੁਖਵਿੰਦਰ ਸ਼ੁਕਰੀਆ ਆਪਕਾ ਵਜ਼ਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਤੁਹਾਡਾ ਤੁਹਾਡੀ ਟੀਮ ਦਾ ਸਾਡੇ ਸੁਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਟਾਈਮ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਕਿ ਮੈਂ ਉੱਥੇ ਜਾ ਕੇ ਸੰਯੁਕਤ ਕਿਸਾਨ ਮੁਕਤ ਕਿਸਾਨਾਂ ਨੇ ਤਰਨਾ ਲਾਇਆ ਉੱਥੇ ਹਾਜ਼ਰੀ ਲਗਵਾਉਣੀ ਹੈ ਪਰ ਕਿਸਾਨ ਕਹਿੰਦੇ ਕਿ ਮੰਨਚ ਨਹੀਂ ਦੇਣਾ ਤੁਸੀਂ ਆਓ ਇੱਕ ਆਮ ਨਾਗਰਿਕ ਹੋ ਵੰਗੋ ਇੱਕ ਆਮ ਕਿਸਾਨ ਹੋ ਵੰਗੋ ਤੁਸੀਂ ਆਓ ਹਾਜ਼ਰੀ ਭਰੋ ਆਉਣਾ ਵੀ ਠੀਕ ਆ ਤੁਸੀਂ ਆਓਗੇ ਤੇ ਉਹਦੇ ਨਾਲ ਸਿਆਸਤ ਦੇ ਤੌਰ ਤੇ ਸਿਆਸੀ ਨਾ ਲੈਣ ਦੀ ਕੋਈ ਕੋਸ਼ਿਸ਼ ਨਾ ਕੀਤੀ ਜਾਵੇ ਬਹੁਤ ਕੁਝ ਇਹੋ ਜਿਹਾ ਜਿਹੜਾ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਕਾਲੀ ਗੱਲ ਨੂੰ ਚੀਜ਼ ਵੀ ਪਈ ਹੋਣੀ ਕਿ 100 ਦਿਨਾਂ ਦੀ ਯਾਤਰਾ ਸੀ ਵਿੱਚ ਚੀਜ਼ ਮੇੜ ਕੇ ਕੋਈ ਹਫਤੇ 10 ਦਿਨ ਦੇ ਵਿੱਚ ਹੀ ਵਾਪਸ ਹੋਣਾ ਪਿਆ ਤੇ ਕਿਸਾਨਾਂ ਨੇ ਜਿਹੜੀ ਅਪੀਲ ਕੀਤੀ ਸੀ ਜਾਂ ਚੇਤਾਵਨੀ ਦਿੱਤੀ ਸੀ ਕਿ ਘਰ ਬੈਠੇ ਰਹੋ ਰੈਲੀਆਂ ਉਦੋਂ ਕਰਿਓ ਪ੍ਰਚਾਰ ਉਦੋਂ ਕਰਿਓ ਜਦੋਂ ਜਿਹੜਾ ਚੋਣਾਂ ਦਾ ਵਿਗੜ ਵੱਜ ਜਾਣਾ ਹਲੇ ਬੜੇ ਸਮਾਂ ਪਿਆ ਆ ਇਹ ਸਭ ਦੇ ਉੱਤੇ ਅਸੀਂ ਕਹਿੰਦੇ ਕਿ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਮਿਲੂ ਜਾ ਸਕਦੇ ਧੰਨਵਾਦ